आ जा देखी किन्ना सोहना नरमा है ना, मेरे तो जी करते भी चुगला नरमा। की कही जाने मम्मी जी, तुसी सोनू की लोड़ है नरमा चुगन दी? और मैनू तो की लोड़ है, जे तो तुसी ने कदे काम करया होवे खेत दा तां तां सोनू पता लगे भी खेतीबाड़ी चीज की हुंदी है। तुसी तां इक्का बापरियां खुल्लियां करन जानदी हो, ਇਹ ਕਰ ਲੈਣੀ ਹੋਰ ਕੀ ਹੈ ਫਿਰ ਮੰਮੀ ਜੀ। ਸਟਾਈਲ ਚੱਲਦਾ ਅੱਜ ਕੱਲ ਸੋਨੂੰ ਕੀ ਪਤਾ ਹੈਗਾ, ਤੁਹਾਡੇ ਟਾਈਮ ਤੇ ਹੈ ਨੀਗਾ, ਹੁਣ ਸਾਰਾ ਕੁਝ ਹੀ ਚੱਲਦਾ ਹੈਗਾ। ਬਾਹਰ ਕੀ ਗੱਲ, ਸਾਡੇ ਟਾਈਮ ਨੂੰ ਕੀ ਅਸੀਂ 60-60 ਸਾਲ ਦੀਆਂ ਹੋ ਗਈਆਂ, 50-50 ਸਾਲ ਦੀਆਂ ਹੋ ਗਈਆਂ, ਕਿੱਡੀ ਕੁ ਗੱਲ ਹੋ ਗਈ। ਫਿਰ ਤੁਸੀਂ ਕਰਾ ਲਓ, ਮੈਂ ਕਿਹੜਾ ਸੋਨੂੰ ਰੋਕਿਆਗਾ, ਹੁਣ ਤੁਸੀਂ ਰਸਤੇ 'ਚ ਹੀ ਲੜਨਾ ਸ਼ੁਰੂ ਕਰ ਦਿਓ ਮੇਰੇ ਨਾਲ। ਅਸੀਂ ਕਿੱਥੋਂ ਕਰਾ ਲਈਏ, ਤੁਹਾਡੇ ਵਰਗੇ ਚੜੇਲਾ ਬੱਲੇ ਪੈ ਗਈਆਂ ਸਾਡੇ, ਸਾਡੇ ਤਾਂ ਸ਼ੌਂਕ ਹੀ ਮਰ ਗਏ। ਇਹ ਤਾਂ ਪਹਿਲੀ ਵਧੀਆ ਸੀ, ਮੈਂ ਤੈਨੂੰ ਐਂ ਕਹਿੰਦੀ ਆ, ਮੇਰੀ ਗੱਲ ਸੁਣ ਲੈ ਧਿਆਨ ਨਾਲ, ਉਹ ਪਿੱਛੇ ਪਾਣੀ ਜਾਂਦਾ ਕਿਤੇ ਵਿੱਚ ਮਾਰੇ ਪੈਰ, ਹਾਂ ਸਾਈਡ ਜਿੱਤੇ ਹੋ ਜਾ ਮਾੜੀ ਜ਼ੋਰ ਤੇ। ਮੇਰੀ ਗੱਲ ਸੁਣ, ਉਹ ਆਪਾਂ ਤਾਂ ਦੇਖ ਲਾ ਉਦੋਂ ਜਦੋਂ ਵਿਆਹ ਸੀਗਾ, ਮੈਂ ਤਾਂ ਉਦੋਂ ਆ ਕੇ ਗਈ ਤੁਰੇ ਮੇਰੇ ਭਤੀਜੇ ਦਾ, ਹਾਂ ਹਾਂ ਬਹੂ ਜੀ ਆਈ ਸੀ, ਵੇ ਸੀ ਇਹ ਬਹੂਈ ਜੀ, ਬੋਲੀ ਆ ਨਹੀਂ ਉਹ ਮੋਟੇ ਜੇ ਦਿਮਾਗ ਦੀ ਹੈ, ਅਧ ਬਹੂਈ ਹੈ, ਆਏ ਤਾਂ ਨਹੀਂ ਇੱਟ ਵੱਟਾ ਤਾਂ ਨਹੀਂ ਮਾਰਦੀ? ਨਹੀਂ ਆਏ ਨਹੀਂ ਮਾਰਦੀ, ਗੱਲਾਂ ਬਥੇਰੀਆਂ ਮਾਰਦੀ ਹੈ, ਨਾ ਇੱਟ ਵੱਟੇ ਵਾਲੀ ਗੱਲ ਨਹੀਂ। ਹੁਣ ਤਾਂ ਅਗਲੀ ਨਾ ਸਰਪੰਚੀ ਦੀਆਂ ਵੋਟਾਂ 'ਚ ਖੜੀ ਹੋ ਰਹੀ ਹੈ, ਸਰਪੰਚ ਨਹੀਂ ਬਣੂ ਉਹ ਸਰਪੰਚ ਨਹੀਂ ਬਣੂ ਨਾ, ਇਹ ਗੱਲ ਤੇ ਸਿੱਧਰੀ ਆ। ਲੈ ਇਹ ਤਾਂ ਰੱਬ ਹੈ, ਪਤਾ ਨਹੀਂ ਕਿਹਦੇ ਭਾਗ ਖੋਲਦੇ, ਮਨ ਕਰੇ ਚਲਾਕ ਆਈ ਰਹਿ ਜਾਣਾ, ਬੋਲਾ ਬੰਦਾ ਰੱਬ ਨੂੰ ਵੀ ਪਾ ਲੈਂਦਾਗਾ। ਇਹ ਤਾਂ ਗੱਲ ਹੈਗੀ ਆ ਜੀ, ਕਿੰਨੀ ਕੁ ਦੂਰ ਜਾਣਾ ਆਪਾਂ ਹੋਰ? ਅੱਛਾ ਪੈਰ ਥੱਕ ਗਏ ਹੋਣੇ ਤੁਰਦੀ ਰਹੇ, ਹਨਾ ਥੱਕ ਗਈ ਮੈਂ। ਉਹ ਤਾਂ ਤੁਹਾਨੂੰ ਕਿਹਾ ਤਾਂ ਹੈਗਾ ਤੇ ਵੀ ਕੋਈ ਟੈਂਪੂ ਕਰਾ ਲਓ, ਤੁਸੀਂ ਵੀ ਹੱਦ ਕਰਦੇ ਹੋ ਭਾਈ, 25-25 ਬਚਾਉਨੇ ਹੋ, 25-25 ਇੰਨੀ ਗਰਮੀ ਚ ਤੇਰਾ ਪਤੰਦਰ 100 ਰੁਪਿਆ ਮੰਗਦਾ ਸੀ ਇੱਕ ਸਵਾਰੀ ਦੇ, 50 ਕਿਉਂ ਪੈਰ ਘਸਦੇ ਨੇ, ਕਮਾਲ ਹੋਈ ਪਈ ਹੈ। ਨਹੀਂ ਹੈਗੀ ਇੰਨਾ, ਸਾਡੇ ਤਾਂ ਹੁਣ ਗੱਡੀਆਂ 'ਚ ਜਾਂਦੇ ਨੇਗੇ, ਜਾਂਦੀ ਨੇ ਏਸੀ 'ਚ ਰੱਖੀ ਤਾਂ ਇੰਦਰ ਰੰਗ ਕਿੰਨਾ ਗੋਰਾ ਹੈ, ਸਾਡੇ ਤਾਂ ਉਰਿਆ ਕਿਤੇ ਰੰਗ ਕਾਲਾ ਹੋ ਗਿਆ ਹੋਇਆ, ਉਰੇ ਆ ਕੇ ਹੋਇਆਗਾ, ਇਹ ਨਾ ਕਿਹਾ ਕਰੋ ਤੁਸੀਂ। ਉਹੀ ਕਹਿਣੀ ਆ ਵੀ ਉਰੇ ਆ ਕੇ ਤਾਂ ਤੇਰਾ ਰੰਗ ਵੀ ਕਾਲਾ ਹੋ ਗਿਆ, ਤੂੰ ਉੱਥੇ ਰਹੀ ਆ ਏਸੀਆਂ 'ਚ, ਇਹਨਾਂ ਦਾ ਮੈਂ ਕੰਮ ਕਰਦੀ ਆਂਗੀ, ਰੰਗ ਤਾਂ ਕਾਲਾ ਹੋਊਗਾ ਹੀ। ਫਿਰ ਜਿਹੜੀ ਕਮਾਈ ਕਰਦੀ ਆ ਤੂੰ, ਜਾਣਦੀ ਆ ਤੈਨੂੰ ਮੈਂ, ਕੰਮ ਕਰਨ ਵਾਲੀ ਨੂੰ ਮਰੀ ਜਾਂਦੀ ਆ ਸਾਰਾ ਦਿਨ ਹਵਾ, ਹੋਰ ਕੰਮ ਨਹੀਂ ਹੈਗਾ ਕੋਈ, ਤੁਰ ਪੈ ਛੇਤੀ ਛੇਤੀ। ਹਾਏ ਮੰਮੀ ਜੀ ਅਮਰੂਦ। ਅੱਛਾ ਮੈਨੂੰ ਵੀ ਦਿੰਦਾ ਪੇਡਾ ਅਮਰੂਦਾਂ ਦਾ, ਇਹ ਕੱਚੇ ਨੇ ਹਲੇ ਅਮਰੂਦ। ਫਿਰ ਕੀ ਹੁੰਦਾ, ਕੋਈ ਨਾ ਕੋਈ ਤਾਂ ਪੱਕਾ ਦਿਖੇ ਜਾ। ਨਹੀਂ ਤੁਰ ਪੈ ਤੂੰ ਨਿਚਲੀ, ਨਾਲ ਉਰੇ 2 ਮਿੰਟ ਦਮ ਲੈ ਲਾਂਗੇ, ਕਿੰਨੀ ਕੁ ਦੂਰ ਰਹਿ ਗਿਆ ਘਰ ਹਜੇ। ਤੈਨੂੰ ਮੈਂ ਹੁਣ ਖਵਾ ਦੂੰ ਅਮਰੂਦ ਚੀਰ ਕੇ ਨੂਣ ਲਾ ਕੇ, ਚੱਲ ਤੁਰ। ਚਲੋ ਤੁਸੀਂ ਤਾਂ ਹੀ ਕਰੀ ਜਾਂਦੇ ਹੁੰਦੇ ਹੋ, ਭੁੱਖ ਲੱਗੀ ਪਈ ਆ ਮੈਨੂੰ ਤਾਂ, ਖਾਣ ਤੋਂ ਬਿਨਾ ਹੋਰ ਕਿਹੜਾ ਕੰਮ ਹੈ, ਕੋਈ ਦਿਨ ਤਾਂ ਭੁੱਖੇ ਲੱਗਦੀ ਰਹਿੰਦੀ ਹੈ। ਕਦੇ ਐਂ ਤਾਂ ਕਹਿ ਨਹੀਂ ਵੀ ਕੋਈ ਕੰਮ ਰਹਿਣਾ ਕਰਨਾ, ਉਹ ਵੀ ਮੈਂ ਕਰ ਲਾਂ। ਹੁਣ ਕਰਦੀ ਤਾਂ ਹੈਗੀ ਆ ਜਿੰਨਾ ਕੁ ਕਰਨਾ ਹੁੰਦਾਗਾ। ਨਹੀਂ ਜਾਣ ਜੇ ਤੈਨੂੰ ਮੈਂ ਕੰਮ ਕਰਨ ਵਾਲੀ ਨੂੰ, ਕਿਹੜੀ ਕਮਾਈ ਕਰਦੀ ਐ, ਐ ਤਾਂ ਦੱਸ ਦੇ ਮੈਨੂੰ, ਕੱਪੜੇ ਹੁੰਦੇ ਨੇ 4 ਉਹ ਮਸ਼ੀਨ 'ਚ ਪਾ ਦਿੰਦੀ ਆ, ਰੋਟੀ ਟੁੱਕ ਦਾ ਮੈਂ ਕਰ ਲੈਂਦੀ ਆ, ਪਸ਼ੂ ਡੰਗਰ ਦਾ ਮੈਂ ਕਰ ਲੈਂਦੀ ਆ, ਤੂੰ ਕੀ ਕਰਦੀ ਐ, ਝਾੜੂ ਮਾ ਲਾ ਦਿੰਦੀ ਆ, ਲਾਉਂਦੀ ਆ ਮਾਂ ਦਿੱਤੀ ਪੋਚਾ ਐਡੇ ਡੰਡੇ ਜਿਹਾ ਲਿਆ ਰੱਖੋ, ਆਇਆ ਕਰਕੇ ਕਿਤੇ ਲਾਤਾ ਕਿਤੇ ਛੱਡਤਾ। ਫਿਰ ਸਫਾਈ ਨਾਲ ਤਾਂ ਲਾਉਣੀ ਹੈਗੀ, ਐ ਤਾਂ ਨਹੀਂ ਹੈਗਾ ਵੀ ਫਾਹਾ ਵੜਦੀ ਆ, ਇੱਕ ਤਾਂ ਮੈਂ ਵਾਲ ਜੇ ਕਰਾ ਲਿਆ ਇਹਦੇ ਕਰਕੇ ਮੈਨੂੰ ਔਖਾ ਹੋਇਆ ਪਿਆਗਾ, ਵੀ ਗਰ ਗਦਾ ਗਦ ਕੰਮ ਨਮੇੜ ਕੇ ਮੈਂ ਪੱਖੇ ਥੱਲੇ ਬਹਿ ਜਾ। ਮੇਰਾ ਤਾਂ ਜੀ ਆਇਆ ਕਰਦਾ ਨਾ ਲੈ ਕੇ ਕੈਂਚੀ ਪਹਿਲਾਂ ਤੇਰੇ ਵਾਲ ਜੇ ਵੱਡਾਂ ਰਾ ਕੇ ਲਾਲ ਲਾਲ ਆ ਭਾਈ ਨੇ ਕਿਹਾ ਤੀ, ਕਹਿੰਦਾ ਭਾਈ ਧੁੱਪ 'ਚ ਨਹੀਂ ਜਾਣਾ, ਗਰਮੀ 'ਚ ਨਹੀਂ ਜਾਣਾ, ਹੋਰ ਲਾਲ ਹੋ ਜਾਣਗੇ ਭਾਈ ਕੋਲ ਉੱਥੇ ਰਹਿ ਜਾ ਕੇ, ਜਿਨ੍ਹਾਂ ਦੇ ਨਾਲ ਧੁੱਪ ਰਹੂਗੀ, ਜਦੋਂ ਸਿਆਲ ਚੜ ਗਿਆ ਧੁੱਪਾਂ ਘੱਟ ਨਿਕਲਣ ਆ ਕੇ ਫੇਰ ਆ ਨਹੀਂ ਕਰੇ। ਚੱਲੀਏ ਨਾਲੇ ਹੋਰ ਚੱਲੀਏ, ਬੋਲਦੀ ਦੇਖ ਲੈ ਕਿੰਨਾ ਚਾਵਰ ਚਾਵਰ, ਗਿੱਠ ਦੀ ਜਵਾਨ ਲੱਗੀ ਹੋਈ ਹੈਗੀ, ਕਿੱਥੇ ਜੇ ਜਾਣਾ ਮੰਮੀ ਜੀ, ਹੋਰ ਕਿੱਥੇ ਕਰੇ ਗਿਆ ਘਰ, ਮੂੰਹ ਤਾਂ ਉਧਰ ਨੂੰ ਚੱਕ ਰੱਖਿਆ, ਆ ਗਿਆ ਘਰ, ਤੇਰੇ ਅੱਖਾਂ ਨੇ ਕਿ ਟਿੱਚ ਵਾਟਾ ਨੇ ਜਿਹੜਾ ਤੁਹਾਨੂੰ ਦਿਖਦਾ ਨਹੀਂ ਹੈਗਾ, ਦੇਖ ਲੈ ਕਿਹੋ ਜਿਹੀ ਸ਼ਕਲ ਬਣਾਈ ਆ, ਐਂ ਲੱਗ ਰਹੀ ਜਿਵੇਂ ਕਿਸੇ ਨੇ ਕੁੱਟ ਕੇ ਕੱਢੀ ਹੁੰਦੀ ਆ ਘਰੋਂ, ਪੁੱਥੀ ਦਾ ਦੇਖ ਲੈ। ਫਿਰ ਗਰਮੀ ਤਾਂ ਇੰਨੀ ਐਡੀ ਦੂਰੋਂ ਤੁਰ ਕੇ ਆਇਆਂਗੇ, ਸੌਖਾ ਪਿਆ ਹੁਣਾ ਤੁਰ ਕੇ। ਨਹੀਂ ਚੁੱਪ ਕਰ ਜਾ ਚੁੱਪ ਕਰ ਜਾ, ਨਾਲੇ ਮੇਰੀ ਗੱਲ ਸੁਣਾ, ਜੀਣਾ ਤਾਂ ਹੈ ਨਹੀਂਗਾ, ਅੰਦਰ ਜਾ ਕੇ ਜੇ ਜ਼ਿਆਦੇ ਬੋਲੀ ਨਾ ਆਪਦੇ ਆਪ ਨੂੰ ਸੋਚ ਲਈ, ਨਹੀਂ ਮੈਂ ਤਾਂ ਪੜਦੇ ਕਰਦੀ ਥੱਕ ਗਈ, ਇਹਨਾਂ ਨੂੰ ਆਈ ਨਹੀਂ ਪਤਾ ਵੀ ਤੂੰ ਵੀ ਅੱਧੀ ਮਿੰਟ ਲਏਂਗੀ, ਸੁਣ ਗਿਆ ਕਿ ਨਾ। ਠੀਕ ਹੈ ਠੀਕ ਹੈ, ਮੈਂ ਲੱਗ ਜੇ ਭਕਾਈ ਮਾਰਨ ਸਾਰੇ ਪਰਦੇ ਚੱਕਦੇ ਉੱਥੇ ਜਾ ਕੇ, ਲੱਗ ਰਹੀ ਆ ਹੁਣ ਨੁੱਸਾਂ ਤੇ ਮਰੂ ਮੁਕੀ, ਖਵਾ ਦੇ ਇਹਨੂੰ ਪੂਰੇ, ਭੁੱਖ ਲੱਗ ਰਹੀ ਹੈ, ਸਾਰੇ ਰਾਹ ਬੱਸ 'ਚ ਕਿੰਨੇ ਪੈਸੇ ਲਵਾਏ ਨੇ, ਮੈਂ ਤਾਂ ਸਰਕਾਰੀ ਚਾਹੀਏ ਆਧਾਰ ਕਾਰਡ ਵਾਲੀ 'ਚ ਵੀ ਨਾ, ਜੇ ਕੋਈ ਪੈਸਾ ਟਕਾ ਲੱਗੇ। ਇਹ 'ਚ ਪਏ ਨਹੀਂ ਉਹ ਕੁਰਕਰੇ ਲਏ ਤੇ ਜਿਹੜੇ, ਜਾਣ ਦੇ ਕੀ ਮੰਗਦੀ ਐ, ਹੁਣ ਖਵਾ ਦੂੰ ਦੇਖ ਲੈ ਤੈਨੂੰ, ਆ ਜੇ ਕੁਰਕਰੇ। ਚਲ ਹੁਣ ਪਾਣੀ ਤਾਂ ਪੀ ਲੈਂਦੇ। ਹਾਏ ਮੰਮੀ ਜੀ, ਬੋਲਣਾ ਬੋਲਣਾ ਬੋਲਣਾ, ਚੁੱਪ ਬੈਠੋ ਨਾ, ਤੈਨੂੰ ਇੰਨੀ ਪਤਾ ਵੀ ਤੇਰੀ ਭੂਆ ਲੱਗਦੀ ਆ ਇਹ,
हाँ ससरीकाल पुआनी। ओहो ससरीकाल ससरीकाल क्यों आके ठीक है? हाँ ससरीकाल पहने ऐसी लग दिया मेरी ऐसी पहन लग दिया पहन लग दिया ससरीकाल पहने ठीक है कि हाँ ठीक बैठ जा इससे बैठ जा भी बगैर पानी लेके आ दी पाँच के खड़ी हो पानी तो तू ले आ दे जल्दी आ तेरी पुआ जी आई है आई निकल जाऊँ दागला पूरे पाच खड़ी हो जा देख ला मैं सुनो पाचड़ी पानी की मिस होनी लग गई चल पा जा जा पानी चल होर दस भाई जा पानी दे अब होर दस मैं लग जुग दे खा सुखता पूछ ला दे भाई हो दे ट्रिक नु लग जी मैं खा सुखता पूछनी है तू ता साडा सच्ची सारी खैर सुख भी पैरा च रोलती लिया ठीक रही मैंने मारा कदे पापड़ ने चल तेन भी लिया पानी में कोई ना भाई जा कोई ना थकी थकी आई है एडी सफर तो आई है तू हाँ मैं तो दस पहला चल भैन ए देख तू बीबी ने सुन दी हाँ और सारे देखिए इधर गंदा रहा बार ऐडी ब्याई वाले बीबी ऐडी ब्याई वाले ला तू कोई गल तेरे इधर गल कर दे मामी मैं तेरे आए कर दी जी तेरी तो तेरी लूदी फ्रेंडशिप करा दी लिया मैं बथेरा समझा नहीं बारी पता लग गया हूं पांच सौ फ्रेंडशिप करूंगी मैं हरदी नहीं हरदी नहीं मेरी गल सुन ला मेरी गल सुन ला ए इस घर दिती है जिन्ना चिर मर्जी रहे हेल्प वास्ते आई है ठीक है कहनी मेरी भतीजी कोटा चुठी है तेरी मदद आई है हाँ। मेरी भतीज नु कोटा चुठी है और सरपंच नी बन गई और तेरी हेल्प वास्ते आई है वोटा बढ़ जान गिया भाई मेरे नाल माड़ा मोटा काम धंधा दुनिया ने करा दिया करन चल कोई गल नहीं मामी बीबी मैं मामी कही है बीबी चल कोई कोई तू गल जा आ रहा भुआ नाल असि दो जड़ियां गेड़ा कट के आनी है इधर हाले मेनू भूख लगी है मेनू भूख तेरे गोर लमा तेनु करकरे कवारे ते बैठी रहन दे तेरी हां आए तेरे चाह पानी तो पी लान दे ना माड़ी मोटी खेत जानती है कोई गल नहीं खेत दिखा ले चाह पानी कुछ खा ला मैं कुछ खा ला फिर कह मैं भुखी मर दी खवा दूंगी ना दस ओनू बेचारे लै तुरी आई तो गई कुरकरे है
हां कुरकुरे ता लिया नहीं मैं दुकान ते दुकान नेड़ी पे मैं बहुत खानी आ अच्छा मेनू स्वाद लगदे ने कुरकुरे बहुत ज्यादा अच्छा लिया दो फिर मेनू भूख लगी सी ना कोई मैं लिया देने पहला चा मैंने तो कुछ खाने ही नहीं दित्ता सारे राह मेनू ऐ लेके आए मैं बस च भी गया मम्मी जी कुरकुरे दवा दो नहीं वो दाल नहीं हुंदी हैगी प्याज पाके नींबू पाके हाय हाय बड़ी स्वाद लगदी बस ते खादी नहीं हैगी कुछ नहीं खादा हैगा मैं ता इदा मेनू भूख लगी पई आ तेरी बीबी ता सच्चे कनूस है इदा ता भाई पहले दिन सुबह आया जा थोड़ा जा कनूस पणा बरतदी है फिर मैं पूजिया फड़ लियाऊंगी दुकान तो जाके कोई गल नहीं फोन च गेम खेल दी छोटे वाले चाहे वागण जा है नहीं थी वाला है ना हैगा दी उदो भी बग मैं तेनू आए कहनी मेरी गल तो सुन मिर्चा तोड़ के दे दे हार पा लूंगी मैं भाई जान ले चली पो मेरी गल चुरा चरपाची करके मिर्चा दी वैल्यू लड़ पाऊंगी ठीक है तू चरपाची वाला मिर्चा ना की करेंगी चरपाची च मिर्चा दी लड़ पाऊ चार पाऊंगी चार नु चार कमा कमाई आऊ करूंगी जेड़ा वीर पैड़ पाई आऊ ले भाई रोटी बना वण जीत करे उदी फिर उलन मिर्च धर दिया करांगे ले 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 हां वा मिर्चा ना कोई नहीं बोट पाऊंगे लोग तू भी बड़ा हो गया पुआ हुण ता अपनी कणक बहुत छोनी होगी नहीं बाजे हाँ? है जीरी है अच्छा हरी भूआ मेरी गल चुड़ी रही हाँ? तेरी फ्रेंडशिप किल्या करा ला गई तेरा बेजे तेरा हाँ? बेड़ा होर ना किसी ले पकाई मार दी हाँ? तो होर मेरा समान इस उम्र चकवा दे करो फ्रेंडशिप कर ला बेटा ये काम तो जमीन करना जिंदगी च भुल के भी अच्छा जी ए की हुंदा वो मरी जाती है तू चुप कर चल गल सारी गल छड़ भाई तब दी पास च फ्रेंडशिप करके वोटा पवा लूंगी 3-3 सौ रुपए हो रहा बाद वोटा पै जाएंगे नहीं 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 ये फ्रेंडशिप सारी उम्र तंग करूगी कोई गल नहीं कर लेण दे कोई गल मैं तंग होड़ी नहीं दिदी मैं तेरे आए कहंदी सी ते मैं मेरी गल सुन मैं ऐ चोलिया भी जड़ी परवीन आ मेरी सहेली तेन बुलाउनी मेरी परवीन नाल भी हां जड़ी मेरी सहेली है मैं सहेली ना मिलाऊंगी तेन चौल नशाना कोई ना दिखाऊनी तेन मैं तेन ऐ करी ओदा चौल नशाना ओदे वास्ते पेंट शर्ट लिया ते आप दे वास्ते कटी फटी पेंट लेके आउनी हैगी फिर बीबी नु बुला दे पड़ गया चीरा के आउनी हैगी सुखना बद फुल मेरी गल सुन ला मैं तेरी परवीन नूं नहीं जानदी किसे नूं नहीं जानदी मैं तो जाके ना चाह पानी पीनी आ खिच लई मैं नूरी आ इवली वाली बीबी है नहीं ये तो कितने नहीं इमला ना ही मिली सीधे होकर तरप चल आ जा तेरी परवीन ले भरया हाय ला मैं नहीं जानदी परवीन के हूं पाला हाय ला कर परवीन के ले जाला इथी आ परवीन आया उरे किथों आ गई आ जा कोई ला आ जा चल तरप आ जा नहीं इथे का तो ले आई मेनू पशुआ च मेरा चौ निशान परवीन ए है मेरी परवीन फ्रेंड है मेरी है आ जा रे आ जा नक टकी बैठी है तू नहीं कर दी गोहा है नहीं मैं ही नहीं कहंदी है कि साडे हाँ। भी पशु ने मैं गोहा भी छिड़ दिया पाथ दिया भी हाँ। इनु समार के साफ ता कर दिया करो गाला होया पे पशुआ थल्ले चीक बड़ी पई जाएगी कोई गल नहीं कर दिया करो नवा दिन तमो दिन देखी कहे रखे मैं सा ए लो पार्लर दे लेके जाला आई नहीं करो पार्लर दे लो पहले हुए ਮੇਰੇ ਪਾਰਟੀ ਸ਼ਾਟ ਇਹਦੇ ਵਾਸਤੇ ਲੈਣੀਆਂ ਨਹੀਂ ਪੂਆ ਇਹਦੇ ਵਾਸਤੇ ਫਿਰ ਕੋਈ ਸਪੈਸ਼ਲ ਦਰਜੀ ਪਾਣਾ ਪਊਗਾ ਜਿਹੜੇ ਇਹਨਾਂ ਦੇ ਪਸ਼ੂਆਂ ਡੰਗਰਾਂ ਦੇ ਪੈਂਟ ਸ਼ਾਟ ਸਿਉਂਦਾ ਬਾਜਾ ਨੇ ਚਲੇ ਪੂਆ ਡੰਗਰ ਪਸ਼ੂ ਕਰਿਆ ਵਾ ਇੱਥੇ ਚੱਟਣੋ ਕੇ ਫੜ ਕੇ ਵਿਆਰ ਜਾ ਕਰਦਾ ਮੇਰੀ ਸੁਣ ਲੈ ਗੱਲ ਮੇਰੀ ਪਰਵੀ ਨੂੰ ਵਧਾ ਲੈ ਬੋਲੀ ਮੇਰੀ ਭਾਵੇਂ ਜਿੱਦ ਕੱਢ ਲੈ ਮੰਤਰ ਨਾ ਤੇਰੀ ਜਿੰਦਰੀ ਲੈ ਪੂਆ ਕੀ ਨੇ ਤੇਰੇ ਆਪਣੇ ਸਾਰਾ ਦੇ ਕਿਆ ਉਹ ਵਿਆਹੀ ਵਾਲੇ ਰਹਾਗੀ ਤੂੰ
जो भी हुंदा है ਉਸੇ ਪਿੰਡ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ ਨੇ ਦੂਜੇ ਪਿੰਡ ਦੀਆਂ ਨਹੀਂ ਪੈਂਦੀਆਂ ਦੂਜੇ ਪਿੰਡ ਨੂੰ ਅੱਛਾ ਹੈ ਗੱਲ ਹਾਂ ਪਰ ਉਹ ਦੀਵਾਰ ਦੇ ਪਿੱਡੇ ਕਦੇ ਤਾਂ ਨਹੀਂ ਰਵਾਚੀ ਮੇਰੀ ਗੱਲ ਸੁਣ ਜਿਵੇਂ ਸਰਪੰਚ ਹੋ ਗਿਆ ਮੈਂਬਰ ਹੋ ਗਿਆ ਇੱਕ ਹੋ ਗਿਆ ਐਮਸੀ ਇਹਨੂੰ ਤਾਂ ਵੀ ਮੰਨ ਕੇ ਚੱਲ ਆਪਦੇ ਪਿੰਡ ਪਿੰਡ ਦੀਆਂ ਵੋਟਾਂ ਜਿਹੜਾ ਐਮਐਲਏ ਹੋ ਗਿਆ ਨਹੀਂ ਪਰ ਹਾਂ ਉਹ ਆਲੇ ਦਾਲੇ ਪਿੰਡਾਂ ਦੀ ਪੈਂਦੀਆਂ ਉਹ ਲਿਆ ਵਾਲੀ ਵਰਤ ਪਾਚੀ ਦੇ ਸਾਰੇ ਕਿਤੇ ਬੈਠ ਗਿਆ ਜਿਆਦਾ ਬੋਲ ਆ ਜਾ ਉੜ ਚੱਲ ਗਿਆ ਸੱਚ ਮੇਰਾ ਮਾਮਾ ਪਤਾ ਨਹੀਂ ਕਿੱਧਰ ਲੱਗ ਗਿਆ ਨਹੀਂ ਤੂੰ ਤਾਂ ਜਾ ਮੈਂ ਮੇਰੇ ਮਾਮੇ ਨੂੰ ਦੇਖਦੀ ਹਾਂ ਤੇਰੇ ਮਾਮੇ ਨੇ ਪੂਰੀ ਡੇਰੇ ਲਾ ਰੱਖ ਲੋ ਉਦੋਂ ਦੀ ਕੋਈ ਨਾ ਰੇ ਮੇਰਾ ਮਾਮਾ ਫੇਰ ਕੀ ਹੋ ਗਿਆ ਆਪ ਆਪਣੇ ਹਾਂ तेन तेरे व्याह तो पहला रहा होंगे उरे तेन पता ही नहीं मंगू कुड़ी के घर बैठा है शर्म नहीं आती भैन घर भाई कुत्ता सोरे घर जमाशिप करावा ਲੈ ਪੁੱਤ ਚਾਹ ਪੀ ਲੈ ਖੜੇ ਹੋ ਜਾ ਬੜਾ ਟਾਈਮ ਲਾਤਾ ਮਾਮੀ ਇਹ ਚਾਹ ਨੂੰ ਉਹ ਪੁੱਤ ਗੈਸ ਮੁੱਕਿਆ ਪਿਆ ਬਾਲਾ ਸਲੋ ਚੱਲਦਾ ਗਾ ਥੋੜਾ ਥੋੜਾ ਚੱਲਦਾ ਸੀ ਮਸਾਂ ਨੂੰ ਟੇਡਾ ਵਿੰਗਾ ਜਾ ਕਰਕੇ ਗੈਸ ਨੂੰ ਸਿਲੰਡਰ ਨੂੰ ਮਸਾਂ ਚਾਹ ਬਣਾ ਕੇ ਲਿਆ ਕੇ ਦਿੱਤੇ ਕੁੱਟ ਕੱਲੀ ਚਾਹ ਏ ਪੂਜੀਆ ਨਹੀਂ ਲਿਆਂਦਾ ਉਹ ਪੂਜੀਆ ਪੁੱਤ ਮੈਂ ਦੁਕਾਨ ਤੇ ਗਈ ਸੀਗੀ ਉਹ ਦੁਕਾਨ ਬੰਦ ਕਰਕੇ ਵਗ ਗਿਆ ਸਵੇਰ ਰੋਟੀ ਦਾ ਟਾਈਮ ਹੁੰਦਾ ਉਸਦਾ ਫਿਰ ਇਕੱਠਾ ਲਿਆ ਕੇ ਰੱਖਿਆ ਕਰੋ ਮਾਮੀ ਸਾਡੇ ਦਾ ਇਹਨਾਂ ਨੇ ਇਕੱਠਾ ਲਿਆ ਕੇ ਰੱਖਦੇ ਨੇ ਮੈਂ ਤਾਂ ਖਾਣੀ ਹੁੰਨੀ ਆ ਜਦੋਂ ਵੀ ਚਾਹ ਪੀਨੀ ਆ ਮੈਂ ਤਾਂ ਪੂਜੀਆ ਖਾਣੀ ਆ ਨਾਲ ਐ ਕੱਲੀ ਚਾਹ ਨਹੀਂ ਮੈਥੋਂ ਪੀਤੀ ਜਾਂਦੀ ਹੈਗੀ ਭਾਈ ਕੀ ਕਰਾਂ ਮੈਂ ਚੱਲ ਕੋਈ ਨਾ ਰੋਟੀ ਖਾਣ ਜਾ ਲਾ ਲਾ ਆਥਣੇ ਜੇ ਆ ਜਾਊਗਾ 3 ਵਜੇ ਤੋਂ ਪਹਿਲਾਂ ਉਹ ਦੁਕਾਨ ਨਹੀਂ ਖੋਲਦਾ ਫਿਰ ਮੈਂ ਤੈਨੂੰ ਭੁਜਿਆ ਲਿਆ ਦੂੰ ਐਨੇ ਤੂੰ ਚਾਰ ਘੁੱਟਾਂ ਐਵੇਂ ਪੀ ਲਾ ਸਾਡੇ ਤਾਂ ਨਾਲੇ ਬਥੇਰਾ ਇਕੱਠਾ ਲਿਆ ਲੈ ਦੇਖ ਲਿਆ ਭਾਈ ਆ ਸਾਡੇ ਤਾਂ ਮੇਰੀ ਨੂੰਹ ਨਹੀਂ ਛੱਡਦੀ ਹੈਗੀ ਸਭ ਖਾ ਜਾਂਦੀ ਹੈ ਜੋ ਵੀ ਮਰਜ਼ੀ ਲਿਆ ਕੇ ਰੱਖਦੀ ਹੈ ਹੋਰਾ ਚੀਜ਼ ਨਹੀਂ ਰਹਿਣ ਦਿੰਦੀ ਆਏ ਗਏ ਵਾਸਤੇ ਚਲੋ ਤਾਂ ਆਪਦੀ ਆਪਦੀ ਆਦਤ ਹੁੰਦੀ ਆ ਮਾਮੀ ਜੀ ਕਈਆਂ ਨੂੰ ਸੁਭਾਅ ਹੁੰਦਾ ਖਾਣ ਦਾ ਫਿਰ ਕੀ ਹੁੰਦਾ ਜੇ ਖਾ ਲੈਂਦੀ ਆ ਹੁਣ ਮੈਨੂੰ ਵੀ ਸੁਭਾਅ ਪਿਆ ਹੋਣਾ ਕੱਲੀ ਚਾਹ ਪੀਣੀ ਔਖੀ ਹੋ ਜੂਗੀ ਮੈਨੂੰ ਉਹ ਚੱਲ ਭਾਈ ਖਾਣ ਦੀ ਕੋਈ ਗੱਲ ਨਹੀਂ ਪਰ ਬੰਦਾ ਮਾੜਾ ਮੋਟਾ ਐ ਤਾਂ ਦੇਖੇ ਵੀ ਸਾਡੇ ਘਰ ਦੂਰ ਪੈਂਦੇ ਨੇ ਅੱਡੇ ਤੋਂ ਠੀਕ ਹੈ ਕੌਣ ਜਾਵੇ ਬਿੰਦੇ ਛੱਟੇ ਆਏ ਗਏ ਦਾ ਘਰ ਹੈ ਮਾੜੇ ਮੋਟੇ ਚੀਜ਼ ਚਾਹ ਨਾਲ ਧਰੀ ਜਾਂਦੀ ਆ ਅਸ ਕੀ ਕਰਾਂ ਮੈਂ ਹੈਗਾ ਹੁਣ ਜੇ ਹੁੰਦੀ ਤਾਂ ਚੱਲ ਮੈਂ ਖਾ ਲੈਂਦੀ ਹਾਂ ਇਹੀ ਤਾਂ ਗੱਲ ਆ ਧੀਏ ਫਿਰ ਹੁਣ ਚੱਲ ਕੋਈ ਨਾ ਪੁੱਤ ਪੀ ਲੈਨੇ ਫਿਰ ਰੋਟੀ ਪਾਣੀ ਬਣਾ ਲਾਂਗੇ ਆਪਾਂ ਦੁਕਾਨ ਵਾਲਾ ਵੀ ਆ ਜਾਊਗਾ 3 ਵਜੇ ਖੋਲ ਲੂਗਾ ਦੁਕਾਨ ਉਦੋਂ ਮੈਂ ਤੈਨੂੰ ਭੁਜੇ ਦੇ 2-3 ਪੈਕਟ ਇਕੱਠੇ ਲਿਆ ਦੂੰਗੀ ਰੱਖੀ ਪਰ ਸਾਮ ਕੇ ਤੋਂ ਠੀਕ ਆ ਲੁਕੋ ਕੇ ਰੱਖੂੰਗੀ ਮੈਂ ਹਾਂ ਲੁਕੋ ਕੇ ਰੱਖ ਲਈ ਮੈਂ ਤਾਂ ਪੁੱਛਣਾ ਆ ਪੇਟੀ ਨੂੰ ਇੱਕ ਦਿਨ ਜੰਦਾ ਲਾਇਆ ਸੀਗਾ ਉਹ ਜੈ ਪੱਟੀ ਨੂੰ ਕਿਤੇ ਚਾਬੀ ਤੇ ਆ ਗਈ ਉਹਦੇ ਵਿੱਚ ਭੁਜੀਆ ਭਾਜੀਆ ਸਾਰਾ ਕੁਝ ਪੈਕਟ ਲਿਆ ਕੇ ਰੱਖੇ ਸੀ ਸਾਰੇ ਖਾ ਗਈ ਸਾਰੇ ਖਾ ਗਈ ਪਤਾ ਨਹੀਂ ਤਾਂ ਮਰ ਜਾਣੀ ਨੇ ਚਾਬੀ ਕਿੱਥੋਂ ਭਾਲੀ ਕਿੱਥੋਂ ਨਾ ਭਾਲੀ ਉਹ ਤਾਂ ਫਿਰ ਮੁਸਕ ਜਾ ਵੀ ਆ ਜਾਂਦਾ ਨਾ ਜਿੱਥੇ ਕੋਈ ਚੀਜ਼ ਪਈ ਹੁੰਦੀ ਆ ਐ ਹੁੰਦਾ ਵੀ ਹਾਂ ਇੱਥੇ ਚੀਜ਼ ਪਈ ਐ ਹੁਣ ਮੈਂ ਖਾ ਲਾਂ ਅਗਰ ਨੱਕ ਜਿਆਦੇ ਚੱਲਦਾ ਹੁੰਦਾ ਨਾ ਜਿਨ੍ਹਾਂ ਨੂੰ ਖਾਣ ਦੀ ਆਦਤ ਹੁੰਦੀ ਆ ਨਾ ਕਿਤੇ ਚੀਜ਼ ਪਈ ਹੋਵੇ ਉੱਥੇ ਪਤਾ ਲੱਗ ਜਾਂਦਾ ਹੈਗਾ ਹੋਰ ਸਮੈਲ ਆ ਜਾਂਦੀ ਆ ਹਾਂ ਹਾਂ ਹੋਰ ਚੱਲ ਕੋਈ ਨਾ ਧੀਏ ਪੂਜੀ ਭਾਜੀ ਦਾ ਕੋਈ ਗੱਲ ਨਹੀਂ ਜਿਹੜਾ ਚੀਜ਼ ਮੰਗੇਗੀ ਭਾਈ ਮੈਂ ਤਾਂ ਉਹੀ ਹਾਜ਼ਰ ਕਰ ਦੂੰ ਸੋਨੂੰ ਮਸਾਂ ਜੇ ਨਾ ਕਿਹੜਾ ਚਾ ਤੁਸੀਂ ਕਿਹੜਾ ਭਾਈ ਰੋਜ਼ ਰੋਜ਼ ਆਉਣਾ ਹੈਗਾ ਪਤਾ ਨਹੀਂ ਕਿਵੇਂ ਸੌਣੇ ਸਭ ਬੀ ਆ ਗਈਆਂ ਹੈ ਦੱਸ ਆ ਤੇਰੇ ਵਾਲੀ ਮਾਂ ਨੇ ਤਾਂ ਨਾ ਜੋ ਮਤਲਬ ਕਿ ਮੇਰੇ ਮੁੰਡੇ ਦਾ ਵਿਆਹ ਹੋਇਆ ਹਾਂ ਭਾਈ ਰੋਟੀ ਚ ਬਣਾ ਲਈ ਕਿ ਨਾ ਬਹਿ ਜਾ ਭਾਈ ਰੋਟੀ ਤਾਂ ਭਾਈ ਪੱਕੀ ਪਈ ਆ ਨਾ ਤੂੰ ਕਿੱਧਰ ਭੱਗ ਗਿਆ ਸੀ ਮੈਂ ਤਾਂ ਪਿੰਡ ਪਿੰਡ ਚ ਭੱਗ ਗਿਆ ਸੀਗਾ ਉਹ ਮਿਲ ਗਿਆ ਮੈਨੂੰ ਰਾਤ ਨਾਰਾ ਉਹ ਕਹਿੰਦਾ ਚੱਲ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਘੁੰਮਦੇ ਆ ਆਪਾਂ ਸ਼ਹਿਰ ਕਰਕੇ ਆਉਨੇ ਆ ਗਾਹਾਂ ਬਾਗੇ ਹੋਰ ਮਿਲ ਗਿਆ ਉੱਥੇ ਹੀ ਗੱਲਾਂ ਮਾਰੀ ਗਏ ਖੜੇ ਫੇਰ ਮੇਰਾ ਜੀਜਾ ਲੱਗ ਗਿਆ ਚੱਲ ਮਖਾ ਹੁਣ ਹੌਲੀ ਹੌਲੀ ਚੱਲਦੇ ਆ ਭਾਈ ਬਣਾ ਲਈ ਰੋਟੀ ਤਾਂ ਪੱਕੀ ਪਈ ਆ ਕੋਈ ਗੱਲ ਨਹੀਂ ਖਾ ਲਈ ਤੂੰ ਤਾਂ ਸੱਚੀ ਗੱਲ ਆ ਗੱਲਾਂ ਦਾ ਗਲਾਕ ਹੈ ਅਗ ਉਹੀ ਗੱਲ ਤੈ ਕਰਤੇ ਕਿ ਜਿਹਦੇ ਨਾਲ ਲੱਗਾ ਗੱਲੀ ਉਸੇ ਨਾਲ ਉੱਠ ਚੱਲੀ ਉਹ ਗੱਲ ਤੇਰੀ ਹੈਗੀ ਐਵੇਂ ਨਾ ਕਿਸੇ ਦੇ ਬਾਲਾ ਜਾਇਆ ਕਰ ਅੱਜ ਕੱਲ ਟਾਈਮ ਮਾੜੇ ਤੈਨੂੰ ਪਤਾ ਕਿਸੇ ਤੇ ਭਰੋਸਾ ਹੈਗਾ ਤੈਨੂੰ ਭਰੋਸਾ ਤਾਂ ਤੂੰ ਹੀ ਕਰੀ ਜਾਣਾ ਹੁਣ ਤੇ ਉਹ ਆਹ ਕੁੜੀ ਕੌਣ ਹੈ ਇਹ ਤਾਂ ਕੁੜੀ ਤਾਂ ਆਪਣੇ ਰਿਸ਼ਤੇਦਾਰ ਚ ਆਈ ਹੋਈ ਹੈ ਮੇਰੇ ਨਣਦ ਨਹੀਂ ਹੈਗੀ ਆਹੋ ਉਹਦੀ ਨੂੰਹ ਹੈਗੀ ਅੱਛਾ ਉਹਦੀ ਨੂੰਹ ਹੈ ਉਹਦੀ ਨੂੰਹ ਹੈ ਅੱਛਾ ਅੱਛਾ ਹਾਂ ਹੋਰ ਭਾਈ ਠੀਕ ਹੈ ਹਾਂਜੀ ਹਾਂਜੀ ਮੰਮੀ ਕਦੋਂ ਕਾਈ ਸੀ ਹੁਣੀ ਆਈ ਹੈ ਨਾ ਵਾਵਾ ਟਾਈਮ ਤਾਂ ਹੋ ਗਿਆ ਇਹਨਾਂ ਨੂੰ ਬਸ ਚਾਹ ਦੀ ਘੁੱਟੇ ਨੇ ਪੀਤੀ ਹੈਗੀ ਤੇ ਉਹ ਮੇਰੇ ਨਣਦ ਦਾ ਉਧਰ ਵਗ ਗਈ ਆ ਆਪਣੇ ਵਾਲੀ ਲੈ ਗਈ
ਕਹਿੰਦੀ ਆ ਜਾ ਤੈਨੂੰ ਖੇਤਾਂ ਦੀ ਸ਼ੈਰ ਕਰਾ ਕੇ ਲਿਆਵਾਂ, ਖੇਤ ਦਿਖਾ ਕੇ ਲੈ ਕੇ ਆਵਾਂ, ਤੈਨੂੰ ਪਤਾ ਹੁਣ ਤਾਂ ਚਾਹ ਦੀ ਘੁੱਟ ਵੀ ਨੀ ਪੀਣ ਦਿੱਤੀ। ਇਹਦਾ ਮਤਲਬ ਮੈਨੂੰ ਖਾਸਾ ਚਿਰ ਹੋ ਗਿਆ ਗਏ ਨੂੰ ਹੈ। ਹੋਰ ਬਾਈ ਤੂੰ ਤਾਂ ਕਿਹੜੇ ਵਜੇ ਦਾ ਗਿਆਂਗਾ, ਮੈਂ ਇੱਥੇ ਡੀਕੀ ਜਾਂਦੀ ਆ, ਮੈਂ ਕਿਹਾ ਮੇਰਾ ਬਾਈ ਨੀ ਆਇਆ, ਬਾਈ ਨੀ ਆਇਆ। ਚੱਲ ਹੁਣ ਤਾਂ ਮੈਂ ਆ ਗਿਆ ਤੇ ਭਾਣੇ ਰੋਟੀ ਰੁੱਟੀ ਦਾ ਦੱਸ ਕੀ ਬਣਿਆ। ਆ ਰੋਟੀ ਬਾਈ ਪੱਕੀ ਪਈ ਆ, ਕੋਈ ਨਾ ਰੋਟੀ ਮੈਂ ਤੈਨੂੰ ਫੜਾ ਦਾਨੀ ਆ ਗਈ। ਹਾਂ ਨਾ ਕਿਵੇਂ ਕੋਈ ਮਾੜਾ ਮੋਟਾ ਸੁਣਦਾ, ਕੋਈ ਮਾੜੀ ਮੋਟੀ ਸੋਬੋ ਨਹੀਂ ਵੋਟਾਂ ਦੀ। ਸੋਬੋ ਤਾਂ ਸੁਣਦੇ ਹੁਣ ਤਾਂ ਕਹਿੰਦਾ ਹਰੇਕ, ਜਿਹਦੀ ਘਰੇ ਕਦਰ ਨੀ ਉਹਦੀ ਬਾਹਰ ਕਦਰ ਵਾਲੀ ਹੁੰਦੀ ਆ, ਉਹ ਗੱਲ ਨਾ ਕਿਤੇ ਸੱਚੀ ਹੋ ਜੇ। ਤੂੰ ਐ ਹੈ ਵੀ ਵੋਟਾਂ ਦਾ ਖਰਾ ਆਪਣੇ ਮੂੰਹ ਨੂੰ ਵੀ ਪੈਣਗੀਆਂ, ਐ ਕਿਹੜੀ ਗੱਲ ਆਪਣਾ ਕੀ ਹੈ ਨੀ ਕੁਛ ਪਿੰਡ ਚ ਹੈਗਾ। ਉਹ ਬਾਈ ਅਗਲੇ ਨੂੰ ਸਾਰਾ ਪਤਾ ਵੀ ਉਹਦੀ ਸੱਸ ਬੈਠੀ ਹੈ, ਠੀਕ ਹੈ, ਵੋਟਾਂ ਮੰਗਣ ਵਾਲੀ। ਚੱਲ ਮਾੜਾ ਮੋਟਾ ਤਾਂ ਪਿੰਡ ਦੇ ਵਿੱਚ ਸੋਬੋ ਇਹਦੇ ਵਾਸਤੇ ਹੈਗੀ ਹੈ ਵੀ ਥੋੜੀ ਜਿਹੀ ਦਿਮਾਗ ਦੀ ਘਾਟ ਹੈ ਇਸ ਨੂੰ। ਗੱਲਾਂ ਤੋਂ ਤਾਂ ਦੇਖ ਲੋਕ ਲੱਗਦੇ ਵੀ ਇਹਦੇ ਹੱਕ ਚ ਬਹੁਤ ਖੜਿਆ ਪੈਣਾ। ਨਾ ਨਾ ਵੋਟਾਂ ਤਾਂ ਬਾਈ ਪੈ ਜਾਣਗੇ, ਵੋਟਾਂ ਚ ਚਲੋ ਇਹੀ ਜੀ ਕੋਈ ਗੱਲ ਨਹੀਂ। ਹਾਂ ਤੂੰ ਐਂ ਕਰ ਭੈਣੇ, ਹੁਣ ਮੈਨੂੰ ਰੋਟੀ ਖਵਾ, ਮੈਂ ਤਾਂ ਜਾਨ ਨਿਕਲੀ ਜਾਂਦੀ। ਕੋਈ ਨਾ ਫੜਾਉਂਦੇ ਬਾਈ ਰੋਟੀ, ਮੈਂ ਵੀ ਖਾਉਂਗੀ ਮਾਮੀ ਰੋਟੀ, ਚਾਹ ਨਹੀਂ ਮੈਂ ਪੀਤੀ ਜਾਂਦੀ। ਤੂੰ ਇੰਨੀ ਕੁ ਤਾਂ ਪੀ ਲੈ ਘੁੱਟ ਕੇ ਚਾਹ, ਮੈਂ ਨਹੀਂ ਪੀਣੀ ਹੈਗੀ, ਮੈਨੂੰ ਭੁੱਖ ਲੱਗ ਰਹੀ ਆ। ਮੈਂ ਤਾਂ ਇਹ ਜੀ ਸੋਹਣੀ ਸੱਚੀ ਲੈ ਚੇ ਲੂਚਿਆ ਪਾ ਕੇ ਦੁੱਧ ਵੱਧ ਪਾ ਕੇ ਚਾਹ ਦੀ ਘੁੱਟ, ਮੈਨੂੰ ਭੁੱਖ ਲੱਗੀ ਪਈ ਹੈਗੀ ਹੁਣ ਤਾਂ। ਚੱਲ ਕੋਲੇ ਫਿਰ ਰੋਟੀ ਖਾ ਲੈ। ਮੰਮੀ ਹੋਰੀ ਕਿੱਥੇ ਵਗ ਗਿਆ, ਆਈ ਨਹੀਂ ਹੈਗੇ। ਆਉਂਦੇ ਆ ਨੇ ਉਹ ਇਧਰ ਆਪਣੇ ਪਾਰਕ ਚ ਗੇੜਾ ਮਾਰਨ ਵਗ ਗਿਆ। ਸਾਡੇ ਭਾਵੇਂ ਤਾਂ ਭਾਈ ਉਹੀ ਪਾਰਕ ਹੈ, ਖੇਤ ਆਪਣਾ ਨਾਲ ਹੀ ਆ ਨਾ ਬਾਣ। ਅੱਛਾ ਅੱਛਾ ਠੀਕ ਆ, ਬੂਟੇ ਬਾਟੇ ਜੇ ਲੱਗੇ ਨੇ ਕਹਿੰਦੇ ਚੱਲ ਗੇੜਾ ਦਵਾ ਲਿਆ ਮੈਂ। ਚੰਗਾ ਕੋਈ ਨਾ ਪੁੱਤ ਮੈਂ ਫੜਾਉਣੇ ਰੋਟੀ। ਆਜਾ 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 ਨੀ ਪੂਆ, ਕੀ ਆ ਗਈ ਚੜਾਈ ਨੇ ਪੂਆ ਮੈਨੂੰ। ਓਹੋ ਚੜ ਜੂਗੇ, ਚੱਲ ਮੈਂ ਅੰਨਗੇ ਦੇਗੀ ਦੇਣਾ ਸੀ ਤੂੰ ਤਾਂ ਮੈਨੂੰ। ਆਜਾ ਆ ਭਈਆ ਦੇ ਕੇ ਲੱਸਣ ਕਰਦੀ, ਆਜਾ ਆਜਾ। ਕੋਈ ਨਾ ਫਿਰ ਹੁਣ ਪੈਣੀ ਐ ਨੇ ਹੋ ਜਾ, ਖਾ ਲਈ ਨੀ ਰੋਟੀ ਤੈ ਖਵਾਤੇ ਲੰਗਰ ਤੈਨੂੰ। ਮੈਂ ਕੀ ਖਾ ਲਿਆ, ਤੁਸੀਂ ਤਾਂ ਭੱਗ ਗਈਆਂ ਉਧਰ, ਮੈਨੂੰ ਕਿਹਨੇ ਦੇਣਾ ਤੀਗਾ ਖਾਣ ਨੂੰ, ਨਾਲੇ ਤੂੰ ਸਾਰਾ ਕੁਝ ਖਾ ਜਾਨੀ ਆ। ਕੀ ਖਾ ਲਈ ਰੋਟੀ ਵਰਗਾ, ਕਿ ਉੱਥੇ ਚਟਾਰਾ ਲੱਗਿਆ ਪਈ, ਬਹੁਤਾ ਨਾ ਬੜਾ ਕਰੌੜੀਆਂ ਕਰਾ ਲਈ ਪੁੱਛ ਚੁੱਪ, ਮੈਂ ਮਲਟੀ ਮੋਲ ਡਪੜਾ ਮਾਰਦੀ ਹੁੰਦੀ ਆ ਕਾ ਕੇ। ਆ ਚਾਹ ਪੀ ਲਈ ਤੈ? ਪੀ ਲਈ ਬਸ, ਹਾਏ ਨੀ ਪੂਆ ਇਹਦੇ ਫਾਲ ਜੇ ਕੱਟ ਖੋਲੀ ਫਿਰਦੀ ਆ, ਹੈ ਚੁੱਕ ਚਾਂਦ ਦੀ ਭਾਲ ਲੈ, ਹੈ 5-6 ਹਜ਼ਾਰ ਲਵਾ ਕੇ ਇਹ ਬਾਲਾਂ ਤੇ। ਬੂ ਮਾ ਮਾਰ ਜਾ 5-6 ਹਜ਼ਾਰ ਹੋਰ, ਤੂੰ ਆ ਇੰਨੇ ਬਾਲਾਂ ਤੇ ਲਵਾਏ ਨੇ ਦੇ ਮੁੱਲ ਦੇ ਬਾਲ ਨਹੀਂ, ਮੁੱਲ ਦੇ ਲਵਾਏ ਬਾਲਾਂ ਦੇ ਪੈਸੇ ਲਵਾਏ ਨੇ 5-6 ਹਜ਼ਾਰ ਸਿੱਧੇ ਕਰਾਏ ਨੇ ਬਾਲ। ਇੱਧਰ ਦੇਖ ਲੈ ਕੋਈ ਲੋੜ ਦੀ ਹੈਗੀ ਤੇ ਵਿੱਡਗਾ ਕਰ ਰੱਖੇ ਨੇ, ਮੈਂ ਤੇ ਵਿੱਡਗਾ ਕਰਕੇ ਸਿਰ ਵਹਾ ਲੈ। ਵਧੀਆ ਸੋਹਣੀਆਂ ਲੱਗਦੀ ਨੇ, ਮੈਂ ਤੈਨੂੰ ਕਿਹਾ ਸੀ ਮੰਨੀ ਨਹੀਂ। ਚਕੀਨੀ ਲਾਉਂਦੀ ਨਹੀਂ, ਮੈਨੂੰ ਤਾਦਤ ਨਹੀਂ ਹੈਗੀ ਸਕੀਨੀਆਂ ਲਾਉਣ ਦੀ। ਹਾਂ ਆ ਦੇਖ ਲੈ ਕਿੰਨੀ ਸਿਆਣੀ ਹੈ ਇਹ, ਮੈਂ ਤੈਨੂੰ ਕਿਹਾ ਸੀ ਸਰਪੰਚਣੀ ਬਣੇਗੀ ਫਿਰ ਕਰਾ ਲਈ। ਹਾਂ ਨਹੀਂ ਲੱਗਦਾ ਐ ਨਹੀਂ ਕਰਾਉਂਦੀ ਵੇ, ਚੂੜਾ ਪਾ ਰੱਖਿਆ ਹੈ ਪੁੱਖ, ਹੁਣ ਜੇ ਵਿਆਹ ਹੋਇਆ ਇਹਦਾ। ਨਹੀਂ ਵਿਆਹ ਹੁਣ ਕਾਹਨੂੰ ਹੋਇਆ, ਇਹਨੂੰ ਸ਼ੌਂਕ ਹੈ ਚੂੜਾ ਪਾਉਣ ਦਾ, ਜਦੋਂ ਉਹਰਾ ਪਰਾਂ ਕਿਸੇ ਰਿਸ਼ਤੇਦਾਰੀ ਚ ਜਾਂਦੀ ਐ ਉਦੋਂ ਪਾ ਲੈਂਦੀ। ਬਾਈ ਤਾਂ ਆਪ ਚੂੜਾ ਪਾ ਕੇ ਸਰਪੰਚੀ ਲੜੂੰਗੇ, ਹੋਰ ਐ ਕਹਿੰਦੀ ਸੀ ਪੂਆ ਚੱਲ ਤੂੰ ਪੀ ਲੈ ਚਾਹ ਪਾਣੀ, ਲੈਸਟ ਕਰ ਲੈ, ਮੈਂ ਵੀ ਲੈਸਟ ਕਰ ਰਿਹਾ, ਤੂੰ ਵੀ ਸੌਂ ਜਾਣੀ ਮੇਰੀ ਗੱਲ ਸੁਣ। ਮੈਨੂੰ ਭੁੱਖ ਲੱਗ ਰਹੀ ਐ, ਮੈਨੂੰ ਕਿਤੇ ਨੀਂਦ ਆਉਂਦੀ ਆ। ਆਪਣੇ ਰੋਟੀਆਂ ਛੱਕੀ ਹੁਣ ਰੋਟੀਆਂ ਨਹੀਂ ਮੰਦਗਾ, ਹੀ ਹੱਥ ਨਹੀਂ ਖਾਦੀਆਂ ਮੈਂ ਆ ਦੀਆਂ ਗੱਲਾਂ। ਇਹ ਤਾਂ ਇਹਨਾਂ ਤਾਂ ਚੂੜਾ ਦੇ ਖੂਨ ਪਾਰ ਕੇ, ਤੂੰ ਕਹਿੰਦੀ ਮੈਂ ਸਰਪੰਚੀ ਵਾਲੇ ਚੂੜਾ ਨੂੰ ਨਾਲ ਨਾਲ ਲੈਂਗਾ ਵੀ ਪਾ ਲਈ। ਬਾਈ ਜਾਨ ਨਚਲੀ ਉੱਥੇ ਮੇਰਾ ਵਿਆਹ ਥੋੜੀ ਹੋਊਗਾ ਪੂਆ, ਬਿਆਰ ਦੀਆਂ ਗੱਲਾਂ ਹਜੇ ਨੀ ਪੂਆ, ਤੂੰ ਤਾਂ ਬਾਹੀ ਵਾਲੀਆਂ ਚੜੀਆਂ ਕਰ, ਛੂਟ ਬਹੁਤ ਸੋਹਣਾ ਤਿਆਰ ਕਰਾਇਆ ਹੋਇਆ ਤੇਰਾ। ਕੋਈ ਨਾ ਤੈਨੂੰ ਉਸਮੇ ਆ ਕੇ ਦੇ ਦੂੰਗੀ ਇੱਕ, ਬਸ ਹਾਏ ਪੰਚੀ ਵਾਲੇ ਨੇ ਇਹੀ ਸੂਟ ਪਾ ਲਈ। ਨਾ ਇਹ ਨਹੀਂ ਪਾਉਂਦੀ ਮੈਂ, ਕੱਟੀ ਫੱਟੀ ਪੈਂਟ ਪਾਉਂਗੀ ਉਸ ਦਿਨ ਤਾਂ, ਪੈਂਟ ਪਾਉਂਗੀ ਜਦੋਂ ਤੂੰ ਸਰਪੰਚ ਨਹੀਂ ਬਣ ਗਈ, ਸਮਝ ਲੈ ਸਾਰੇ ਪਿੰਡ ਦੀ ਕਿਸਮਤ ਹੀ ਫਟ ਜੂਗੀ। ਬਾਈ ਜਾਨ ਨਚਲੀ ਪੂਆ, ਕਿਸਮਤ ਸੁਧਰੂਗੀ, ਮਾਨੂੰ ਆ ਸੁਧਰੂਗੀ। ਹਾਂ ਯਾਰ ਦੀਆਂ ਗੱਲਾਂ ਕੀ ਹੈ, ਮੇਰੀ ਚੁੱਲੀ ਤੇ ਝਾਕੀ ਆਉਂਦੀ ਆ, ਜਾਨੇ ਐ ਕਰ ਪੂਆ ਪਿਆਲੀ ਲਿਆ ਕੇ ਦੇ ਖੜੀ ਹੋ। ਹਾਂ ਕਿਉਂ ਤੂੰ ਕੀ ਲਿਆ ਕੇ ਚੱਕਦੀ ਭਾਲੀ, ਬਿਆਰ ਦੀਆਂ ਗੱਲਾਂ ਪੀਆ ਕਰਦੇ ਨੇ ਆਪ। ਜਾ ਬੈ, ਸਰਪੰਚੜੀ ਕਦੇ ਕੁਛ ਨਹੀਂ ਖਾਂਦੀ ਪੀਂਦੀ, ਤੇ ਧੁੱਗੀ ਮਾਰਦੀ ਹਲੇ ਸਰਪੰਚ ਮਣਗੀ ਮੈਂ ਤਾਂ ਮਣਗੀ। ਹਾਂ ਕਿਵੇਂ ਮਣਗੀ ਐ, ਬੋਲ ਕਰ ਸ਼ਾਂਤੀ ਨਾਲ, ਵੋਟਾਂ ਚ ਬਣੀ ਪਈਆਂ ਯਾਰ ਦੀਆਂ ਗੱਲਾਂ, ਅੱਜ ਪਾਣੀ ਲੈ ਕੇ ਦੇ ਭੱਜ। ਪਾਣੀ ਤਾਂ ਮੈਂ ਲਿਆਦਣੀ, ਮੇਰੀ ਗੱਲ ਸੁਣ ਲੈ, ਕੋਈ ਕੰਮ ਧੰਦੇ ਦੇ ਹੱਥ ਪਾ ਲਿਆ ਕਰੋ। ਕੋਈ ਨਾ ਚੱਕੇ ਪਾ ਕੇ ਆ ਜਾ, ਲੈ ਲਿਆ ਸਿਆਦਗਾ ਪੈ ਜਾਦਗਾ, ਜੇ ਚਾਰੀ ਪੋਖੜੀ ਹੋ ਜਾ ਤੂੰ, ਚਾਹ ਗੱਲਬਾਤ ਡਿਸਕਸ ਕਰ ਲਈ ਵੀ ਦੇ, ਚਾਹ ਚਾਹ ਨੇ ਥੋੜੀ ਡਿਸਕਸ ਨੂੰ। ਹਾਂ ਕਿਹੜੀਆਂ ਥੋੜੀ ਕਬੀਲਦਾਰੀ ਦੀਆਂ ਗੱਲਾਂ ਨੇ। ਭਾਈ ਜੇ ਫਿਰ ਆਪਾਂ ਘੁੰਮਣ ਚੱਲਾਂਗੇ ਉਧਰ, ਲੜ ਜਾ ਤੇਰੀ ਪਾਰਕ ਦਿਖਾ ਕੇ ਲਿਆਉਗੀ, ਲੜੇ ਗੱਲ ਆਏ ਕਿਵੇਂ ਪਵਾਂਗੇ ਭਾਈ ਜੀ। ਭਾਈ ਆਪਣ ਗੱਪ ਤੂੰ ਇਹ ਛੱਟ ਕੇ ਪੈ ਜਾ, ਹਾਂ ਨਾਲ ਤੇਰੀ ਪਾਰਕ ਦਾ ਥੱਕ ਗਈ ਸੋਚੀ, ਅੱਡੀ ਦੂਰ ਤੁਸੀਂ ਘਰ ਪਾਰਕ ਬਸ ਚਲਾ ਕੇ ਲਈ ਸੀ ਤੂੰ, ਹਾਂ ਬਸ ਚਲਾ ਕੇ ਲਈ ਸੀ ਤੱਕਰ ਨੂੰ, ਦੂਰ ਕੇ ਤਾਂ ਆ ਤੂੰ ਫਲਾ ਪਾਣੀ ਪੀ ਲੈ, ਪੀ ਲਾਂਗੇ ਪੈ ਜਾ ਕੇ ਪੂਆ ਤੂੰ ਕੀ ਕਹਿੰਦੇ ਕਹਿੰਦੀ ਤੂੰ, ਪੀ ਲਾਂਗੇ ਪਾਣੀ ਤੂੰ ਪੈ ਜਾ ਕੇ, ਮਗਰ ਰੈਸਟ ਕਰ ਲੈ, ਕਰਾਈ ਹੈ ਰੈਸਟ, ਰੈਸਟ ਕਰ ਲੈ ਤੂੰ। ਹਾਂ ਜੀ ਰੈਸਟ ਮੇਰੀ ਛੱਤ ਤਾਂ ਰੱਖਿਆ ਮੈਂ ਗਲੇਲ ਵਾਂਗੂ ਮੂਹਰੇ,
ਭੱਜਦੀ ਆ ਫਰਾਟੇ ਮਾਰਦੀ ਜਦੋਂ ਗਲੇਲ ਮੰਗੂ ਪਾ ਕੇ ਚੜ ਦਿੰਦੇ ਆ ਰਸੋਈ ਕਰਨੀ ਉਧਰ ਕੰਮ ਆਉਂਦਾ ਚੜ ਦਿੰਦੇ ਆ ਉਧਰ ਲੱਛੀ ਲੈਣ ਉਧਰ ਭੱਜ ਜਾਂਦੇ ਆ ਗਲੇਲ ਮੰਗੂ ਚਲਾ ਰੱਖੀ ਆ ਮੈਂ ਤਾਂ ਇਹ ਹਾਏ ਸੱਚੀ ਕੋਈ ਤਾਂ ਦੇਖੀ ਉਹੀ ਮੱਚੀ ਜਾਂਦੀ ਹੁੰਦੀ ਆ ਨਾ ਤਾਂ ਮੈਨੂੰ ਕੁਝ ਖਾਣ ਦਵੇ ਆਪ ਦੇਖ ਲੈ ਸੂਟ ਪਾਇਆ ਛੱਟ ਜੀ ਵਾਲੀ ਸੋਹਣੀ ਦੇਖ ਲੈ ਮੈਨੂੰ ਨਹੀਂ ਪਾਉਣ ਦਿੰਦੀ ਹੈਗੀ ਤੇ ਮੈਂ ਚੱਕ ਰਾਤ ਨੂੰ ਤੂੰ ਪਾ ਕੇ ਪੈ ਜਾ ਕਰ 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 ਚੌਂਕ ਪੂਰਾ ਹੋ ਗਿਆ ਮੇਰੇ ਕਿੱਥੋਂ ਆ ਜਾਊਗਾ ਉਹਦਾ ਸੂਟ ਆ ਦੇਖ ਤਾਂ ਲੈ ਆੜੀਏ ਤੂੰ ਵੀ ਗੱਲਾਂ ਕਰੀ ਜਾਂਦੀਆਂ ਤੇ ਦੇਖੀ ਕੁਰਕਰੇ ਤੂੰ ਸਾਰੇ ਖਾ ਜਾਂਦੀਆਂ ਹੈ ਕੁਝ ਤਾਂ ਛੱਡ ਦਿਆ ਕਰ ਲਾਪੜਾ ਮਾਰੂ ਕਿਹੜੀ ਤੋਂ ਇੱਥੇ ਮੈਨੂੰ ਕੁਰਕਰੇ ਲਿਆ ਕੇ ਦਿੰਨੀਆਂ ਮਾਰੀ ਜਾਂਦੀਆਂ ਆਉਂਦੀਆਂ ਜੀ ਉਹਨਾਂ ਕੋਲ ਉਹ ਦੇਖੀ ਮੰਮੀ ਕਹਿੰਦੀ ਸੀ ਕਹਿੰਦੀ ਪੇਟੀ 'ਚ ਰੱਖੇ ਹੋਏ ਤੇ ਸਾਰੇ ਖਾ ਗਈ ਹਾਂ ਉਹ ਪੇਟੀ 'ਚ ਰੱਖਣ ਨੂੰ ਉਹ ਤੇ ਉੱਲੇ ਨਹੀਂ ਲੱਗ ਜੂਗੇ ਕੁਰਕਰੇ ਉਹ ਤਾਂ ਗੰਨ ਮੇਰੇ ਛੱਡ ਪਾਈ ਜਾ ਮੁੜੇ ਬਾਹਰ ਬੋਲ ਮੇਰਾ ਚਿਰ ਦੁਖਿਆਦਾ ਐ ਨਹੀਂ ਪਤਾ ਮੈਨੂੰ ਕਿੱਧਰ ਮੀਟਿੰਗ 'ਚ ਜਾਣਾ ਪੈ ਜੇ ਗੱਲਾਂ ਕਰ ਲੈਣੀਆਂ ਮੈਂ ਆਪਣਾ ਮਰੂ ਕਰੀਆਂ ਗੱਲਾਂ ਪਾ ਜਾ ਮੈਂ ਮੀਟਿੰਗ ਤੇ ਜਾਣਾ ਹੁੰਦਾਗਾ ਮੈਂ ਆਰਦੀਆਂ ਗੱਲਾਂ ਮੇਰਾ ਚਿਰ ਨੱਪਦੇ ਹਾਂ ਚਿਰ ਨੱਪ ਮੇਰਾ ਸਰਪੰਚ ਨਹੀਂ ਆ ਮੈਂ ਕਿ ਮੈਂ ਤਾਂ ਆਪ ਥੱਕ ਕੇ ਆਈ ਆਂਗੀ ਨਾ ਤਾਂ ਮੈਨੂੰ ਕੁਝ ਖਵਾਇਆ ਤੱਕ ਨੂੰ ਛੇਟੀਆਂ ਮਾਰਦੇ ਥੱਕ ਗਈ ਤੂੰ ਕਰੈਕਟਰ ਦੀ ਉੱਥੇ ਮੈਂ ਆਰਦੀਆਂ ਗੱਲਾਂ ਖਵਾਉਂਦੇ ਨੂੰ ਖਵਾ ਦੇ ਨੂੰ ਐਤੋ ਅਕੜਾ ਬਣਾ ਕੇ ਖਾ ਲਈ ਹੱਥ ਨੇ ਹਾਂ ਫਿਰ ਹੁਣ ਕੀ ਖਾਉਂਗੀ ਮੈਂ ਇੱਥੋਂ ਨਾ ਕੁਝ ਹੋਰ ਨਾ ਚੁੱਲੀ ਚੁੱਪ ਕਰਕੇ ਪੈ ਜਾ ਤੇ ਮੈਂ ਵੀ ਪੈ ਜਾਨੀ ਆ ਪੈ ਜਾ ਬਤਾ ਹਾਂ ਮੈਂ ਵੀ ਥੱਕੀ ਹੋਈ ਆ ਚਰਨੀ ਨੱਪੇ ਨਾ ਗਲੀ ਨੱਪੂ ਤੇਰਾ ਤਾਂ ਮੈਂ ਸਿੱਧਾ ਜਾ ਆ ਜਾ ਚੱਲ ਗਿਆ ਤੈਨੂੰ ਸੈਰ ਕਰਾ ਕੇ ਲਿਆਉਣੀ ਆ ਇਹ ਦੇਖੋ ਫੀਲਿੰਗ ਆ ਰਹੀਆਂ ਨੇ ਜਿਵੇਂ ਜੰਗਲਾਂ ਚ ਫਿਰਮਾਂ ਦੀ ਫੀਲਿੰਗ ਆ ਰਹੀ ਗੁੱਦੀਆਂ ਹੈਗੀਆਂ ਆ ਜਾ ਦੇਖੀ ਉਰੇ ਤਾਂ ਬਾਹਲਾ ਗੰਦ ਜਾ ਪਿਆ ਕਿੱਥੇ ਲਿਆਈ ਅੜੀ ਮਰਦਾ ਆਪਣਾ ਮਨ ਲੱਸਣ ਜੇ ਕਰ ਦਿਆ ਕੁਦਰਤੀ ਹਵਾ ਨੂੰ ਛਰਗਮ ਦੇਣਾ ਚਾਹੀਦਾ ਕੀ ਕਹਦੇ ਹੁੰਦੇ ਨੇ ਛਪੈਣ ਦੇਣੀ ਚਾਹੀਦੀ ਆ ਇੱਥੇ ਖੜ ਜਾ ਆ ਜਾ ਮੇਰੇ ਕੋਲ ਗੱਲ ਸੁਣ ਮੇਰੀ ਪਹਿ ਤੈਨੂੰ ਐ ਕਹਦੀ ਸੀਲੀ ਤੂੰ ਆ ਬਾਹਲ ਜੇ ਬਾਹਲੀ ਛੋੜ ਕੇ ਅੱਛਾ ਇੱਧਰ ਇਹ ਹਾਂ ਵੱਡੇ ਵੱਡਾ ਲਾ ਕੇ ਗੱਲ ਕਰ ਦੇਣਾ ਬੱਚੇ ਸਰਪੰਚ ਲੀਲਾ ਤੂੰ ਮੇਰੇ ਪੀਏ ਰਹਿ ਜਾਏਂਗੀ ਨੀ ਹੈ ਨੀ ਮੈਨੂੰ ਆਏ ਦੱਸ ਤੇਰੇ ਬਾਲ ਤਾਂ ਵਧਗਾ ਨੇ ਹੈ ਸਿੱਧੇ ਵੀ ਆ ਕੀ ਕਹਿੰਦੇ ਹੁੰਦੇ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਛਟੇਟ ਹਾਂ ਛਟੇਟ ਕਿਉਂਕਿ ਛੱਡ ਗਵਾਡਰ ਕਹਿੰਦੇ ਹੁੰਦੇ ਨੇ ਛਟੇਟ ਹਾਂ ਕੋਈ ਨਾ ਤਾਂ ਛੱਡ ਚਿਮਟਾ ਪੈ ਤੱਕਾ ਕਰਕੇ ਉਹ ਲਾ ਦੂੰ ਮੈਂ ਹਾਏ ਉਹਦੇ ਨਾਲ ਤਾਂ ਮੱਚ ਜਾਣਗੇ ਉਹਦੇ ਨਾਲ ਕਿੱਥੋਂ ਸਿੱਧੇ ਹੋ ਜਾਣਗੇ ਉਹਨਾਂ ਲਵੇ ਆਪਦਾ ਹੁੰਦਾਗਾ ਉਹ ਹੋਰ ਤਰ੍ਹਾਂ ਜਿਹਦਾ ਹੁੰਦਾਗਾ ਸੁਭਿਆਲੀ ਆਪਾਂ ਨੀ ਕਰਾਉਂਦੇ ਹੈਗੇ ਹਾਂ ਆਪਾਂ ਨੀ ਕਰਾਉਂਦੇ ਹੈਗੇ ਸੋਹਣੀ ਲੱਗੇਗੀ ਦੇਖੀ ਐ ਖੁੱਲੇ ਵਾਲ ਛੱਡ ਕੇ ਕਿੰਨੇ ਪੈਸੇ ਲਾਤੇ ਨੀ ਇਥੇ ਇਹਤੇ ਲੱਗ ਗਿਆ 6000 6000 ਲੱਗ ਤੇ ਹੋਰ 6000 ਤਾਂ ਬਗੂਲੀ ਚੈੱਕ ਕਰ ਲੈ ਲਵੇ ਤੈਨੂੰ ਐ ਕਹਦੀ ਆ ਉਹ ਤਾਂ ਵੀ ਚੈੱਕ ਕਰ ਲੈ ਲਿਆ ਮੈਂ ਤੈਨੂੰ ਐ ਕਹਦੀ ਸੀਗੀ ਦੀ ਤੂੰ ਵੋਟਾਂ ਚ ਮੇਰੇ ਨਾਲ ਰਹੀ ਅੱਲੀ ਹੋਲੀ ਤੈਨੂੰ ਦੇਖ ਕੇ ਵੋਟਾਂ ਪੈ ਜਾਣਗੇ 4-5 ਜਿਹੜਾ ਦੇ ਤਾਂ ਹੋਰ ਤੂੰ ਨਾਲ ਸੋਹਣੀ ਆ ਤੇਰੇ ਪਾਈ ਤੇ ਸ਼ਰਟ ਪਾ ਦੇ ਤੂੰ ਅਗਲੇ ਅਗਲੇ ਐ ਕਰਦਾ ਕਰੀ ਬੈਗ ਗੋਲ ਗੱਪ ਖਵਾ ਕੇ ਅੱਗੇ ਵੋਟਾਂ ਪਵਾਈ ਚੱਲ ਗਏ ਠੀਕ ਆ ਕਿਵੇਂ ਕਰਦਿਆ ਕਰੀ ਐ ਕਰਦਿਆ ਕਰੀ ਆਏ ਕਿਉਂ ਕਰ ਅਗਲਾ ਗਲਤ ਸੋਚੂਗਾ ਗਲਤ ਸੋਚੂ ਅਗਲੇ ਨੂੰ ਕਹਾਂਗੇ ਨੂੰ ਆਤੀ ਆ ਠੀਕ ਆ ਅੱਖ ਜਵਾਜੀ ਆ ਦੇ ਹਾਏ ਵਾਰ ਦਾ ਕੇ ਹਾਂ ਤੇ ਦੇਖ ਤੇਰੇ 6000 ਵਾਲੀ ਗੱਲ ਹੈਗੀ ਇਧਰ ਕੋਈ ਫਿਰ ਕੋਈ ਗੱਲ ਹਾਏ ਇਧਰ ਲੈ ਇਧਰ ਇਧਰ ਇੱਥੇ ਰਿਹਾ ਕਿੱਥੇ ਨੂੰ ਤੂੰ ਰੋ ਕੇ ਦਿਖਾ ਦੇਖਾਂ ਜੇ ਤੇ ਤੇਰੇ ਰੋਣਾ ਆ ਗਿਆ ਫਿਰ ਤੇ ਦੇਖ ਤੂੰ ਆਏ ਮੰਮੀ ਦੇਖਾ ਟੁੱਟ ਦਿਆ ਕਿ ਨਾ 6000 ਵਾਲੇ ਹਾਏ ਟੁੱਟ ਜਾਣਗੇ ਆਏ ਮੰਮੀ ਹੈ ਇੱਥੋਂ ਹੈਂਡ ਪੱਗਾਂ ਰੋਜੀ ਖੜੀਆਂ ਚੰਗਾ ਉਰੇ ਆ ਇੱਥੇ ਚੈਕਿੰਗ ਕਰ ਲੈਣੀ ਇੱਥੇ ਚੈਕਿੰਗ ਕਰ ਲੈਣੀ ਕੀ ਚੈੱਕ ਕਰੇਂਗੀ ਇੱਥੇ ਚੈਕਿੰਗ ਕਰ ਲੈਣੀ ਇੱਥੇ ਚੈਕਿੰਗ ਕਰ ਲੈ ਖੜ ਜਾ ਮੰਮੀ ਸੱਚੀ ਕਹਿੰਦੀ ਤੇ ਉਰੇ ਆ ਜਾ ਉਰੇ ਆ ਜਾ ਉਰੇ ਆ ਜਾ ਹੈਲੋ ਕੀ ਕਰੀ ਜੰਨੀ ਐ ਇਹ ਅਰੇ ਆਪਾਂ ਤਾਂ ਕੁਛ ਨਹੀਂ ਕਰਿਆ ਬਈ ਕਿਸੇ ਨੂੰ ਆਪਾਂ ਕੁਛ ਨਹੀਂ ਕੀਤਾ ਹੈਗਾ ਠੀਕ ਆ ਚੈਕਿੰਗ ਹੋ ਜੀ ਮੰਮੀ ਕਾਲ ਤਾਂ ਦੇ ਮੈਨੂੰ ਹਾਏ ਮੰਮੀ ਸੱਚੀ ਕਹਿੰਦੀ ਸੀ ਇਹ ਬੋਲੀ ਆ ਮੰਮੀ ਮੰਮੀ ਜੀ ਹਾਏ ਨੀ ਮੈਂ ਮਰ ਜਾ ਕੁੱਡਰ ਨਾ ਹਲਤਾ ਹੀ ਨਹੀਂ ਅੱਗ ਪੈਂਦੀ ਆ ਗਰਮੀ ਪੈਂਦੀ ਆ ਆ ਸਿਆਲ ਵਾਲੀ ਕੋਟੀ ਜੀ ਨਾ ਜਿਹੜੀ ਥੱਲੇ ਪਾਈਂਦੀ ਹੈ ਪਹਿਲੇ ਸਿੱਟ ਗਈ ਵੀ ਧੋ ਦੂਗੀ ਇਹ ਨਾਲੇ ਇੰਨੀ ਨੀ ਧੁੱਪ ਚੜ ਗਈ ਭਰੇ ਧੋਦਾ ਦੇਖੀ ਜਾਊਗੀ ਹੁਣ ਤਾਂ ਕਿਹੜੇ ਕਲਰ ਲਾਉਣੇ ਨੇ ਕੱਪੜਿਆਂ ਦੇ ਮੈਨੂੰ ਮਨਾ ਕਰਨਾ ਪਊਗਾ ਸਾਰਾ ਕੰਮ ਬੜੀਆਂ ਵੋਟਾਂ ਦੀ ਚਲੋ ਹੁਣ ਧੋਦਾ ਨੀ ਆ ਦੇਖੀ ਜਾਊਗੀ ਕੀ ਕਰੀ ਜਾਂਦੀ ਆ ਨੀ ਵੀ ਕੱਪੜੇ ਧੋਈ ਜਾਂਦੀ ਆ ਸਾਰਾ ਦਿਨ ਤੂੰ ਮਸ਼ੀਨ ਚ ਤੂੰ ਹੀ ਪਾਇਆ ਕਰਨਾ ਨੀ ਅੜ ਕੇ ਧਰਤੀ ਜਾ ਕਰੇਗੀ ਆਪੇ ਨਾ ਮੈਂ ਤੈਨੂੰ ਐ ਪੁੱਛਦੀ ਆ ਆ ਗਰਮ ਕੋਟੀ ਜੀ ਤੂੰ ਪਹਿਲੀ ਗੇਤੀ ਕੱਢ ਲਈ ਫੇਰ ਕੀ ਐ ਸਿਆਲ ਤਾਂ ਨਾਲ ਹੋ ਰਿਹਾ ਜਦੋਂ ਸਿਆਲ ਆਊਗਾ ਦੇਖੀ ਜਾਊ ਤਾਂ ਪਹਿਲੀ ਮਸ਼ੀਨ ਤੇ ਧਰ ਗਈ ਤੂੰ ਇਹਨੂੰ ਐ ਨਹੀਂ ਕਰੀ ਦਵਦਾ ਵੈ ਤਾਂ ਬੀਬੀ ਅੱਜ ਇੱਕ ਵੱਡਾ ਕੰਮ ਕਰਕੇ ਆਈ ਆ ਦੇਖ ਲੈ ਨੀ ਕੀ ਵੱਡਾ ਕੰਮ ਕਰਕੇ ਆਈ ਤੂੰ 6000 ਚੈੱਕ ਕਰਕੇ ਆਈ ਆ 6000 ਚੈੱਕ 6000 ਚੈੱਕ ਕਰਕੇ ਆਈ ਆ ਮੈਂ
6000 ਦਾ ਚੈੱਕ ਆ ਗਿਆ ਨਹੀਂ ਮੈਂ 6000 ਚੈੱਕ ਕਰਨ ਆਈਆਂ ਵੀ ਲੋਕਾਂ ਦੀ ਦੇਖੇ ਠੱਗੀ ਚੋਰੀ ਕਿੰਨੀ ਕਾ ਵੀ ਕੀ ਬਣਦਾ 6000 ਦੀ ਚੈਕਿੰਗ ਕਰਕੇ ਆਈਆਂ ਮਾਮਾ ਜੀ ਅੱਛਾ ਹੁਣ 6000 ਆ ਗਿਆ ਕਿ ਨਾ ਹਾਂ ਵੀ ਖਾਤੇ ਖੁੱਤੇ ਜਾ ਰਹਾ ਖਾਤੇ ਚ ਨਹੀਂ ਆਇਆ ਉਹ ਤਾਂ ਬੈਸ਼ੀ ਚੈਕਿੰਗ ਕਰਕੇ ਆਈਆਂ ਵੀ ਠੱਗੀ ਚੋਰੀ ਦਾ ਮਾਮਲਾ ਹੈਗਾ ਕਿ ਨਾ ਹੈਗਾਗਾ ਹਾਂ ਹੁਣ ਤਵੇ ਇੱਕ ਮਿੰਟ ਮੈਂ ਸਰਪੰਚ ਨਹੀਂ ਬਣ ਗਈ ਸਰਪੰਚ ਨਹੀਂ ਬਣ ਕੇ ਹੁਣ ਚੈਕਿੰਗ ਕਰਿਆ ਕਰੂੰ ਤੂੰ ਮੈਨੂੰ ਆਇਆ ਦੱਸ ਮੇਰੀ ਗੱਲ ਸੁਣ ਨਹੀਂ ਆ ਕੀ ਹੋ ਗਿਆ ਬੂ ਕਿਤੇ ਭਿੰਡਾ ਤਾਂ ਲੜ ਗਿਆ ਕੁੜੀ ਦੇ ਕੀ ਹੋ ਗਿਆ 6000 ਚੈਕਿੰਗ ਕਰਕੇ ਇਹਨੇ 6000 ਕੀ ਹੋਇਆ 6000 ਚੈਕਿੰਗ ਕਰਕੇ ਇਹਨਾਂ ਦੀ 5-6000 ਲੱਗੇ ਦਾ ਮੁੱਲ ਪਿਆਕ ਨਾ ਇਹ ਕਦੀ ਮੇਰੇ ਜੁੰਡੇ ਤੇ 5-6000 ਲੱਗਿਆ ਮੈਂ ਨਿਮਣਾ ਬੰਨਿਆ ਹੀ ਮੱਕਾ ਚੰਦ ਦੇਖਾ ਨਹੀਂ ਬਾਹਰ ਤੇਰਾ ਬਾਈਜੇ ਤੇਰਾ ਬੇੜਾ ਤੇਰਾ ਹੈ ਜੀ ਹਾਂ ਇਹਦੇ ਬਾਲ ਖਰਾਬ ਕਰਾਂਗੀ ਤੈਨੂੰ ਸ਼ਰਮ ਨਹੀਂ ਆਈ ਹੋਲੀ ਹੈ ਖਬਰਦਾਰ ਹੋ ਜਾ ਪੂਆ ਤੂੰ ਤਾਂ ਸੋਚ ਨਹੀਂ ਮੈਂ ਤਾਂ ਕਿ ਕਿਤੇ ਭਗਵੰਤ ਮਾਨ ਨੇ 6000 ਰੁਪਿਆ ਪਾਤਾ ਹਾਂ ਲੈ ਸਾਨੂੰ ਤਾਂ ਨਹੀਂ ਖੁਸ਼ੀ ਹੋਗੀ ਵੀ 6000 ਆ ਗਿਆ ਦੇ ਮੈਂ ਤੈਨੂੰ 6000 ਆ ਕਿਤੇ ਹੋਰ ਨਾ ਮੈਂ ਤੈਨੂੰ ਰੌਣ ਟੇ ਲਿਆ ਤਾਂ ਬੋਲੀ ਜਾਨੀ ਰਹੀ ਆ ਨਾ ਤੈਨੂੰ ਕਿਹਾ ਸੀ ਤੂੰ ਇਹਦੇ ਨਾਲ ਨਾ ਰਹੀ ਹੈ ਲੈ ਅੱਛੀ ਬੋਟਾ 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 ਲਿਓ ਬਾਬਾ ਲੈ ਕੇ ਉਹਨੇ ਬਾਹਰ ਭਜਾ ਕੇ ਉਹਨੇ ਲਵਾਈ ਜੁੰਡਿਆਂ ਨੂੰ ਆਵਾ ਮਾਰ ਕੇ ਨਵਾਲੇ 6000 ਨੂੰ ਆਵਾ ਲਵਾਈ ਨਕਰਾ ਲੈ ਪਿੰਗੇ ਟੇਡੇ ਨਾ ਪੱਟ ਤੇ ਬਚਾਰੇ ਦੇ ਜੁੰਡੇ ਚਲ ਕੋਈ ਗੱਲ ਨਹੀਂ ਮੜ ਮੜ ਦੇ ਲਾ ਲਿਆ ਆਏਗਾ ਜੀ ਜਿੱਤ ਕਰਿਆ ਕਰ ਇਹ ਤਾਂ ਆਪਣੇ ਰਿਸ਼ਤੇਦਾਰ ਆਏ ਹੋਏ ਨੇ ਇਹ ਤਾਂ ਜੁੰਡੇ ਪੱਟਣ ਲੱਗ ਗਈ ਮੇਰੀ ਗੱਲ ਸੁਣ ਬੀਬੀ ਬੋਲਣ ਦੀ ਲੋੜ ਨਹੀਂ ਹੈਗੀ ਕਿ ਅਸੀਂ ਵੀ ਫਿਰ ਖੌਚੜੇ ਖਾਓਗੇ ਸਰਪੰਚ ਨਹੀਂ ਆ ਕੁਝ ਵੀ ਕਰ ਸਕਦੀਆਂ ਬੋਲੀ ਜਾਓ ਆਹੋ ਆ ਤਾਂ ਕੱਲ ਨੂੰ ਲੋਕਾਂ ਦੇ ਗੁੱਤਾ ਮੁੰਨ ਦੇਗੀ ਕਹਿੰਦੀ ਕੁਝ ਵੀ ਕਰ ਸਕਦੀਆਂ ਲੈ ਦੇਖ ਲੈ ਇਹ ਚੱਜ ਰਹੇ ਨਾ ਕਿਸੇ ਨੇ ਵੋਟ ਨਹੀਂ ਪਾਉਣੀ ਲੋਕਾਂ ਨੂੰ ਖਵਾ ਪਿਆ ਕਿ ਆਪ ਖੁੰਝੇ ਲੱਗ ਜਾਓਗੇ ਰਹਿਣ ਦੇ ਦੀ ਸਰਪੰਚ ਨਾਲ ਆਈ ਚੰਗਾ ਮੰਮੀ ਆਪਾਂ ਘਰੇ ਚੱਲੀਏ ਨਹੀਂ ਬੱਗ ਜੀ ਕਾਹਨੂੰ ਕਾਹਨੂੰ ਚੁੱਪ ਕਰ ਜਾਤੀ ਏ ਕੋਈ ਗੱਲ ਨਹੀਂ ਇਹਦਾ ਤਾਂ ਹੈ ਜੀ ਸਭਾ ਹੈਗਾ ਬਾਹਰ ਜਾਣ ਦੀ ਛੇਤੀ ਇਸ ਕੇਸ ਦਿਖਾਉਣ ਨੂੰ ਕੀ ਸੀ ਤੂੰ ਕਹਤਾ ਉਹ ਦੂ 6000 ਰੁਪਏ ਦੇ ਕੇਸ ਆਇਆ ਮੇਰੇ ਹੈ ਫਿਰ ਮੈਨੂੰ ਕੀ ਪਤਾ ਦੀ ਵੀ ਉਹ ਐ ਕਰੂਗੀ ਮੇਰੇ ਨਾਲ ਇਹ ਤਾਂ ਪਾਡੀ ਐ ਘੱਟੇ ਹੋਰ ਦਾ ਦੱਸ ਉਹ ਕਹਿੰਦੀ ਮੈਂ 6000 ਚੈੱਕ ਕਰਕੇ ਆਇਆ ਉਹ ਬਾਈ ਭਗਵੰਤ ਮਾਨ ਨੇ ਪਾਤੇ ਕਿਤੇ ਉਹ ਕਹਿੰਦੇ ਹੁੰਦੇ ਨੇ ਨਹੀਂ ਪਾਉਂਦਾ ਬਾਈ ਨਾ ਭਗਵੰਤ ਮਾਨ ਪਾਵੇ ਨਾ ਪਹਿਲਾਂ ਪਾਏ ਨੇ ਨਾ ਹੁਣ ਪਾਉਣ ਨੇ ਆ ਦੇਖ ਲੈ ਉਹਦੇ ਫਾਰਮ ਜੇ ਭਰਾਏ ਤੇ ਕਿ 1000 ਰੁਪਿਆ ਮਹੀਨੇ ਦਾ ਮਿਲਿਆ ਕਰੂਗਾ ਮੈਂ ਤਾਂ ਬੌਲੀ ਨੇ ਉਹ ਵੀ ਕਿਤੇ ਦਾ ਫਾਰਮ ਜਿਹਾ ਸਾਂਭ ਕੇ ਰੱਖ ਰਿਹਾ ਹਾਂ ਤੱਕ ਨਹੀਂ ਪੰਜੀ ਆਈ ਹੈਗੀ ਨਹੀਂ ਹੋ ਗਿਆ ਹੁਣ ਮੈਨੂੰ ਤਾਂ ਜੈ ਖਾਣੇ ਦੇ ਮੋਦੀ ਵਾਲਾ 2000 ਰੁਪਏ ਨਹੀਂ ਮਿਲਿਆ ਹੈਗਾ ਨਹੀਂ ਉਹੀ ਗੱਲਾਂ ਸਾਰੀਆਂ ਗੱਲਾਂ ਝੂਠੀਆਂ ਨੇ ਕਿਵੇਂ ਵਿਚਾਰੀਆਂ ਬਣਦੀ ਹੈ ਬਣਦੀ ਆ ਲੋਕੇ 3500 ਕੱਖ ਨਹੀਂ ਆਇਆ ਕੱਖ ਕੀ ਆਣੋ ਕਿ ਮੈਂ 17-1800 ਰੁਪਏ ਕਾਪੀ ਬਣਵਾਉਣ ਤੇ ਲਾਇਆ ਉਹਨਾਂ ਦੇ ਖਬਾਰੀ ਨਹੀਂ ਆਉਂਦੀ ਹਾਂ ਬਾਰੀ ਨਹੀਂ ਆਉਂਦੀ ਉਹਨਾਂ 'ਚ ਨਹੀਂ ਪੰਜੀ ਆਈ ਹੈਗੀ ਆ ਦੇਖ ਲੈ ਲਾਰੇ ਨੇ ਅਖੇ ਪੈਨਸ਼ਨਾਂ ਦਾ ਸੀ 2500-2500 ਰੁਪਏ ਕਰਾਂਗੇ ਕਿਹੜਾ 2500 ਉਹ 1500 ਹੀ ਹੈਗਾ ਇਹ ਤਾਂ ਵੋਟਾਂ ਲੈਣ ਦੇ ਚਾਲੇ ਹੁੰਦੇ ਨੇ ਸਭ ਸਰਕਾਰਾਂ ਦੇ ਹਾਂ ਕੀ ਉਹ ਉਹਨਾਂ ਦੇ ਕੀ ਹੁੰਦੇ ਜੈ ਖਾਨ ਦੇ ਕਿਤੇ ਫਾਰਮ ਭਰ ਦੇਣ ਕੰਪਿਊਟਰ ਜਿਹੇ ਵਾਲੇ ਉਹਨਾਂ ਦੀ ਕਿਸਮਤ ਖੁੱਲ ਜਾਂਦੀ ਆ ਉਹ ਮਾੜਾ ਮੋਟਾ ਬਸ ਇਹਨਾਂ ਨੇ ਲੁੱਟੀ ਲਾਈ ਨਹੀਂ ਉਹਨਾਂ ਨੇ ਸਟੱਪ ਚੱਕ ਲੈਣਾ ਹੁੰਦਾ ਭਾਬੀ ਗੱਲ ਜੇ ਉਹ 100 ਰੁਪਿਆ ਲੈਂਦੇ ਨੇ ਫਾਰਮ ਭਰਨ ਦਾ ਹਾਂ ਹਾਂ ਉੱਥੇ ਤਾਂ ਕਹਿ ਦੇਣਗੇ ਟੋਕਨ ਲੈ ਲਓ ਜਿਹੜੇ ਲੈਣਾ ਲਾ ਦਿੰਦੇ ਨੇ ਹਾਂ ਜਿਹੜੇ ਬਾਹਰ ਬੈਠੇ ਹੁੰਦੇ ਨੇ ਉਹ ਕਹਿੰਦੇ ਜੇ ਤੁਸੀਂ ਨੇ ਲੈਣ ਚ ਨਹੀਂ ਖੜਨਾ ਤੁਹਾਡਾ ਛੇਤੀ ਕੰਮ ਬਣੂਗਾ ਉਹ 100 ਰੁਪਿਆ ਲੱਗਦਾ ਸੀ 700 ਲੈ ਜਾਂਦੇ ਨੇ ਹਾਂ ਫੇਰ ਉਹ ਛੇਤੀ ਕੰਮ ਕਿਵੇਂ ਬਣ ਜਾਂਦੇ ਉਹ ਕਿਵੇਂ ਬਣਦੇ ਇਹੀ ਤਾਂ ਆਪਾਂ ਨੂੰ ਬੁੱਧੂ ਬਣਾਉਂਦੇ ਆ ਆਪਾਂ ਬੁੱਧੂ ਹਾਂ ਜਿਹੜੇ ਲੋਕ ਇਹਨਾਂ ਦੇ ਮਗਰ ਲੱਗਦੇ ਆ ਹਾਂ ਮੈਨੂੰ ਤਾਂ ਪਾਣੀ ਪੂਣੀ ਦੇ ਦਿਓ ਮੈਨੂੰ ਚੱਕਰ ਆ ਰਹੇ ਨੇ ਉਹਨੂੰ ਪਾਣੀ ਚ ਡਿੱਬੋ ਕੇ ਨਾ ਮਾਰਦਾ ਚੱਲ ਅੰਦਰ ਆਈ ਜੀ ਇਹ ਤੀ ਚੱਲ ਅੰਦਰ ਮਾਂ ਨਹੀਂ ਮੈਂ ਤੈਨੂੰ ਲੈ ਕੇ ਨਹੀਂ ਆਉਂਦੀ ਤੀ ਮੇਰੇ ਤਾਂ ਮਗਰੇ ਤਰਪੀ ਹਟੀ ਨਹੀਂ ਹੈਗੀ ਇੱਥੇ ਤਾਂ ਇੱਕੋ ਹੀ ਖਰਨਾ ਪਹਿਲਾਂ ਹੈਗਾ ਸੀ ਤੈਨੂੰ ਪਤਾ ਹੈ ਆ ਦੇਖ ਲੈ ਖਰਨੇ ਨੂੰ ਆ ਦੂਜਾ ਖਰਨਾ ਆ ਗਿਆ ਜੁਗ ਨੂੰ ਜੁਗ ਟੱਕਰ ਗਿਆ ਜੁਗ ਨੂੰ ਜੁਗ ਟੱਕਰ ਗਿਆ ਕਰ ਲੈ ਕੇ ਉਹਨੂੰ ਪੰਡਾ ਕਰੀਏ ਕਿਸਮਤ ਤੇ ਮਾੜੀ ਤੀ ਤੂੰ ਇੰਨੀ ਚਤਰ ਚਲਾਕ ਦੀ ਮੈਂ ਇੰਨੀ ਚਤਰ ਚਲਾਕ ਦੀ ਪੱਲਿਆਂ ਬੌਲੀਆਂ ਪੈ ਗਈਆਂ ਨਹੀਂ ਸਭ ਰੁੱਲ ਗਈਆਂ ਆਪਣੇ ਚਲਾਕੇ ਚ ਰੁਕੇ ਤਾਂ ਸਭ ਪਾਣੀ ਫਿਰ ਗਿਆ ਸਿਆਣੇ ਕਹਿੰਦੇ ਨੇ ਮਾੜਾ ਜੰਮੇ ਨਾ ਮਾੜਾ ਆਵੇ ਆ ਦੇਖ ਲੈ ਕਰ ਲੈ ਕੇ ਉਹਨੂੰ ਪੰਡਾ ਚਲਾ ਜਾ ਮੇਰਾ ਤਾਂ ਸਿਰ ਦੁਖਣ ਲੱਗਾ ਮੇਰਾ ਤਾਂ ਆਪਾ ਹੀ